बिछुरत आन मिलाए आ, पशु परेत मुगद भय स्रोते, हरि नामा मुख गाया, पूरे गुर की देख वडाई, ताकी कीमत कहन ना जाई।
ਬਾਬਾ ਫਤਿਹ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਨੂੰ ਉਸਾਰਨ ਵਾਸਤੇ ਆਪ ਆਪਣੇ ਪ੍ਰਾਣਾਂ ਦੀ ਅਹੁਤੀ ਸਰਹੰਦ ਦੀਆਂ ਨੀਹਾਂ ਵਿੱਚ ਖਲੋ ਕਰਕੇ ਦਿੱਤੀ ਹੈ। ਉਹ ਅੱਜ ਪਾਵਨ ਸ਼ਹੀਦੀ ਦਾ ਦਿਹਾੜਾ ਹੈ। ਕਾਰਨ ਕੀ ਬਣਿਆ ਕਿ ਸਤਿਗੁਰੂ ਸਾਹਿਬ ਜੀ ਨੇ ਜਿਸ ਸਮੇਂ ਪਹਾੜੀ ਰਾਜਿਆਂ ਵੱਲੋਂ ਅਤੇ ਉਸ ਸਮੇਂ ਦੇ ਹਾਕਮ ਔਰੰਗਜ਼ੇਬ ਵੱਲੋਂ ਕਸਮਾਂ ਖਾਧੀਆਂ ਗਈਆਂ, ਪਹਾੜੀ ਰਾਜਿਆਂ ਨੇ ਇੱਕ ਆਟੇ ਦੀ ਗਊ ਬਣਾ ਕਰਕੇ ਨਾਲ ਪੱਥਰਾਂ ਦੀਆਂ ਮੂਰਤਾਂ ਭੇਜੀਆਂ ਹਨ ਸੋਨੇ ਦੇ ਥਾਲ ਵਿੱਚ। ਦੂਸਰੇ ਪਾਸਿਓਂ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦਾ ਜਿਹੜਾ ਵਾਧੂ ਪੰਨਾ ਹੁੰਦਾ ਹੈ ਉਹਦੇ ਉੱਤੇ ਕਸਮ ਲਿਖ ਕਰਕੇ ਭੇਜੀ ਹੈ ਕਿ ਅਸੀਂ ਖੁਦਾ ਦੀ ਕਸਮ ਖਾ ਕਰਕੇ ਕਹਿੰਦੇ ਹਾਂ ਤੁਸੀਂ ਆਨੰਦਗੜ੍ਹ ਦਾ ਕਿਲਾ ਛੱਡ ਦੇਵੋ, ਤੁਹਾਡੇ ਨਾਲ ਕੋਈ ਵੀ ਕਿਸੇ ਤਰੀਕੇ ਦੀ ਜੰਗ ਨਹੀਂ ਕਰੇਗਾ। ਪਹਾੜੀ ਰਾਜਿਆਂ ਨੇ ਵੀ ਇਹੋ ਬਚਨ ਕੀਤਾ ਕਿ ਮਹਾਰਾਜ ਅਸੀਂ ਗਊ ਦੀ ਸਹੁੰ ਖਾ ਕਰਕੇ ਕਹਿੰਦੇ ਹਾਂ, ਅਸੀਂ ਠਾਕੁਰਾਂ ਦੀ ਸਹੁੰ ਖਾਂਦੇ ਹਾਂ, ਤੁਸੀਂ ਇਹ ਕਿਲਾ ਛੱਡ ਦੇਵੋ। ਕਾਰਨ ਹੈ ਇੰਨਾ ਲੰਮਾ ਸਮਾਂ ਹੋ ਗਿਆ ਹੈ ਸ਼ਾਹੀ ਫੌਜਾਂ ਨੂੰ, ਸਾਡੀਆਂ ਫੌਜਾਂ ਨੂੰ ਤੁਹਾਡੇ ਨਾਲ ਜੰਗ ਕਰਦਿਆਂ ਅਸੀਂ ਤੁਹਾਡੇ ਤੋਂ ਜਿੱਤ ਨਹੀਂ ਸਕਦੇ, ਅਸੀਂ ਇਹ ਕਬੂਲ ਕਰਦੇ ਹਾਂ, ਪਰ ਸਾਡੀ ਵੀ ਇਸ ਸੰਸਾਰ ਵਿੱਚ ਥੋੜ੍ਹੀ ਬਹੁਤੀ ਇੱਜ਼ਤ ਹੈ ਜੀ। ਉਹਨੂੰ ਬੜਾ ਵੱਡਾ ਧੱਕਾ ਲੱਗੇਗਾ ਕਿ ਐਡੀ ਵੱਡੀ ਸੰਸਾਰ ਦੀ ਤਾਕਤ, ਐਡਾ ਵੱਡਾ ਬਾਦਸ਼ਾਹ, ਉਹਦੇ ਪਾਸੋਂ ਇੱਕ ਫਕੀਰ ਨੂੰ ਇੱਕ ਕਿਲ੍ਹੇ ਵਿੱਚੋਂ ਨਹੀਂ ਕੱਢਿਆ ਗਿਆ। ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਕਿਲ੍ਹਾ ਛੱਡ ਦੇਵੋ, ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕਰੇਗਾ। ਗੁਰੂ ਕੇ ਖਾਲਸੇ ਨੇ ਸਤਿਗੁਰੂ ਸਾਹਿਬ ਜੀ ਦੇ ਪਾਸ ਬਚਨ ਕੀਤੇ, ਮਹਾਰਾਜ ਹੁਣ ਤਾਂ ਤਰਲਿਆਂ 'ਤੇ ਆ ਗਏ ਨੇ, ਆਪ ਜੀ ਕਿਰਪਾ ਕਰੋ ਇਹ ਕਿਲ੍ਹਾ ਛੱਡ ਦਈਏ। ਸਤਿਗੁਰੂ ਸਾਹਿਬ ਜੀ ਨੇ ਆਖਿਆ, ਖਾਲਸਾ ਜੀ 7 ਦਿਹਾੜੇ ਕੇਵਲ ਹੋਰ ਤੁਸੀਂ ਇਸ ਕਿਲ੍ਹੇ ਵਿੱਚ ਕੱਢ ਲਵੋ, ਤੁਹਾਨੂੰ ਸਾਰੇ ਸੰਸਾਰ ਦਾ ਰਾਜ ਲੈ ਕਰਕੇ ਦੇਵਾਂਗੇ। ਖਾਲਸੇ ਨੇ ਬਚਨ ਕੀਤੇ, ਸਤਿਗੁਰੂ ਜੀ ਤੁਸੀਂ 7-8 ਦਿਹਾੜੇ ਕੱਟਣ ਨੂੰ ਕਹਿੰਦੇ ਜੇ ਸਾਡੇ ਕੋਲੋਂ, ਤਾਂ ਇੱਥੇ 8 ਪਹਿਰ ਬਤੀਤ ਨਹੀਂ। ਓੜਕ ਗਰੀਬ ਨਿਵਾਜ ਜੀ ਨੇ ਬਚਨ ਕੀਤਾ, ਚਲੋ 4 ਪਹਿਰਾਂ ਤੱਕ ਹੀ ਟਿਕ ਜਾਵੋ। ਕਹਿਣ ਲੱਗੇ, ਨਹੀਂ। ਮਾਤਾ ਗੁਜਰ ਕੌਰ ਜੀ ਦੇ ਪਾਸ ਜਾ ਕਰਕੇ ਖਾਲਸੇ ਨੇ ਬੇਨਤੀ ਕੀਤੀ। ਮਾਤਾ ਜੀ ਨੇ ਆਣ ਕਰਕੇ ਆਖਿਆ, ਤੁਸੀਂ ਖਾਲਸੇ ਦਾ ਹੁਕਮ ਮੰਨੋ, ਤੁਹਾਨੂੰ ਇੱਥੋਂ ਚੱਲ ਪੈਣਾ ਚਾਹੀਦਾ ਹੈ। ਗਰੀਬ ਨਿਵਾਜ ਮਹਾਰਾਜ ਜੀ ਨੇ ਆਖਿਆ, ਭਾਈ ਬਚਨ ਮੰਨਦੇ ਅਤੇ ਸੁੱਖ ਪਾਉਣਾ ਸੀ, ਚਲੋ ਹੁਣ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਹੈ। ਆਨੰਦਗੜ੍ਹ ਦਾ ਕਿਲ੍ਹਾ ਗਰੀਬ ਨਿਵਾਜ ਜੀ ਨੇ ਛੱਡਿਆ, ਇਹਨਾਂ ਬੇਦੀਨੇ ਬੇਮਜ਼ਬੇ ਲੋਕਾਂ ਨੇ ਸਤਿਗੁਰੂ ਸਾਹਿਬ ਜੀ ਦੇ ਪੰਥ, ਗਰੀਬ ਨਿਵਾਜ ਮਹਾਰਾਜ ਜੀ ਦਾ ਨਾਲੋਂ ਨਾਲ ਹੀ ਇਹਨਾਂ ਨੇ ਇੱਥੋਂ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਸਰਸਾ ਦੇ ਕੰਢੇ 'ਤੇ ਜਾ ਕਰਕੇ ਜਦੋਂ ਗੁਰੂ ਕਾ ਖਾਲਸਾ ਸ੍ਰੀ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਨਿਤਨੇਮ ਵਿੱਚ ਜੁੜਿਆ, ਗਰੀਬ ਨਿਵਾਜ ਮਹਾਰਾਜ ਆਪ ਦੀ ਬਾਣ ਵਿੱਚ ਸੁਭਾਏਮਾਨ ਹੋਏ। ਇੱਥੇ ਆਣ ਕਰਕੇ ਇਹਨਾਂ ਨੇ ਮਗਰੋਂ ਅਚਨਚੇਤ ਹਮਲਾ ਕੀਤਾ ਹੈ। ਭਾਈ ਉਦੇ ਸਿੰਘ ਜੀ ਗੁਰੂ ਕੇ ਪਿਆਰੇ ਲਾਲ ਇਸ ਮੋਰਚੇ 'ਤੇ ਅੜੇ। ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸਿੱਖ ਸੰਗਤਾਂ ਪ੍ਰੇਮ ਨਾਲ ਪਾਵਣ ਗੁਰਬਾਣੀ ਦਾ ਜਾਪ ਸੁਣਨ, ਪਰਮੇਸ਼ਰ ਦਾ ਭਾਣਾ ਕਿ ਜਿੰਨਾ ਸਮਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ, ਕਿਸੇ ਵੀ ਗੁਰਸਿੱਖ ਸਿੰਘ ਦੇ ਗੋਲੀ ਆਣ ਕਰਕੇ ਨਹੀਂ ਲੱਗੀ, ਤੀਰ ਆਣ ਕਰਕੇ ਨਹੀਂ ਲੱਗਾ। ਓੜਕ ਇੱਥੇ ਘਮਸਾਣ ਦਾ ਜੰਗ ਹੋਣੇ ਕਰਕੇ ਅੱਗੋਂ ਸਰਸਾ ਚੜ੍ਹੀ ਹੋਈ ਸੀ। ਇਤਿਹਾਸਕਾਰਾਂ ਮੁਤਾਬਕ ਇੱਥੇ 700 ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਜੀਵਨ ਸਿੰਘ ਜੀ ਜੋ ਰੰਗਰੇਟੇ ਗੁਰੂ ਕੇ ਬੇਟੇ ਹਨ, ਉਹ ਵੀ ਇਹ ਸਰਸਾ ਨਦੀ ਦੇ ਕੰਢੇ 'ਤੇ ਸ਼ਹਾਦਤ ਦਾ ਜਾਮ ਪੀ ਗਏ। ਇਸ ਤੋਂ ਅੱਗੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ 40 ਸਿੰਘਾਂ ਸਮੇਤ ਸਤਿਗੁਰੂ ਸਾਹਿਬ ਜੀ ਸਰਸਾ ਨਦੀ ਨੂੰ ਪਾਰ ਕਰ ਗਏ ਹਨ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਗੁਰੂ ਕੇ ਮਹਿਲ, ਭਾਈ ਮਣੀ ਸਿੰਘ ਜੀ ਦੇ ਨਾਲ ਜੋ ਦਿੱਲੀ ਤੋਂ ਸੇਵਕ ਆਇਆ ਸੀ, ਉਸਨੇ ਬੇਨਤੀ ਕੀਤੀ, ਉਹ ਸਤਿਗੁਰੂ ਸਾਹਿਬ ਜੀ ਪਾਸੋਂ ਆਗਿਆ ਲੈ ਕਰਕੇ ਦਿੱਲੀ ਨੂੰ ਚੱਲੇ ਹਨ। ਪਰ ਛੋਟੇ ਸਾਹਿਬਜ਼ਾਦੇ ਅਤੇ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ
ਇਹ ਸਰਸਾ ਨਦੀ ਦੇ ਕੰਢੇ 'ਤੇ ਦਲ ਪੰਥ ਨਾਲੋਂ ਵਿਛੜ ਕਰਕੇ ਗੰਗੂ ਰਸੋਈਏ ਦੇ ਨਾਲ ਚੱਲ ਕਰਕੇ ਉਸ ਦੇ ਨਗਰ ਖੇੜੀ ਨੂੰ ਚੱਲ ਪਏ। ਬਹੁਤ ਲੰਮਾ ਇਤਿਹਾਸ ਹੈ ਸਤਿਗੁਰੂ ਸਾਹਿਬ ਜੀ ਦੇ ਘਰ ਦਾ। ਇਹ ਰਸੋਈਆ ਜਾਣ ਕਰਕੇ ਇਹਨੇ ਬੇਨਤੀ ਕੀਤੀ, ਮਾਤਾ ਜੀ ਮੇਰਾ ਨਗਰ ਨੇੜੇ ਹੈ, ਤੁਸੀਂ ਮੇਰੇ ਨਗਰ ਆਣ ਕਰਕੇ ਤੁਸੀਂ ਭਾਗ ਲਾਓ। ਮੈਨੂੰ ਬੜਾ ਸੁਭਾਗਾ ਸਮਾਂ ਹੈ ਕਿ ਮੈਨੂੰ ਆਪ ਜੀ ਦੀ ਸੇਵਾ ਦਾ ਮੌਕਾ ਮਿਲਿਆ। ਜਿਸ ਸਮੇਂ ਮਾਤਾ ਗੁਜਰ ਕੌਰ ਜੀ ਦੋਵਾਂ ਹੀ ਸਾਹਿਬਜ਼ਾਦਿਆਂ ਸਮੇਤ ਇਹਦੇ ਘਰ ਵਿਖੇ ਪਹੁੰਚੇ ਹਨ, ਮਨੁੱਖ ਦਾ ਅਮਾਣ ਭਾਈ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਲਾਲਚਾਂ ਵੱਸ ਹੋ ਕਰਕੇ ਡੋਲ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਦੇ ਘਰ ਦਾ ਇਹ ਰਸੋਈਆ ਜਿਹਨੂੰ ਅਨੇਕਾਂ ਬਖਸ਼ਾਂ ਪ੍ਰਾਪਤ ਹੋਈਆਂ ਸਨ, ਥੋੜ੍ਹਾ ਜਿਹਾ ਧਨ ਮਾਤਾ ਜੀ ਦੇ ਪਾਸ ਵੇਖ ਕਰਕੇ ਡੋਲਿਆ। ਇਸਨੇ ਇਸ ਨੂੰ ਚਰਾਉਣ ਦਾ ਯਤਨ ਕੀਤਾ ਅਤੇ ਦਿਨ ਚੜ੍ਹਦੇ ਨੂੰ ਰੌਲਾ ਪਾਉਣ ਲੱਗਾ ਕਿ ਮਾਤਾ ਜੀ ਤੁਹਾਡਾ ਧਨ ਚੋਰੀ ਹੋ ਗਿਆ ਹੈ। ਮਾਤਾ ਜੀ ਨੇ ਕਿਹਾ, ਗੰਗੂਆ ਜਦੋਂ ਤੂੰ ਰਾਤੀ ਉਹ ਧਨ ਚੁੱਕ ਕਰਕੇ ਖੜਦਾ ਸੀ ਮੈਂ ਤੈਨੂੰ ਵੇਖਿਆ ਸੀ, ਮੈਂ ਤਾਂ ਸੋਚਿਆ ਸੀ ਤੂੰ ਸਾਂਭ ਕਰਕੇ ਰੱਖਣ ਲੱਗਾ ਅਤੇ ਐਵੇਂ ਕਿਸੇ ਨੂੰ ਚੋਰ ਨਾ ਕਰ, ਜੇ ਤੈਨੂੰ ਜ਼ਰੂਰਤ ਹੈ ਤਾਂ ਭਾਈ ਰੱਖ ਲੈਣਾ ਕਰ, ਕਾਹਦੇ ਲਈ ਇੰਨੀ ਕਾਹਲੀ ਕਰਦਾ। ਉਸ ਸਮੇਂ ਇਹ ਕਹਿਣ ਲੱਗਾ, ਇੱਕ ਤਾਂ ਤੁਹਾਨੂੰ ਘਰ ਵਿੱਚ ਰੱਖਿਆ ਹੈ, ਉਲਟਾ ਤੁਸੀਂ ਮੈਨੂੰ ਚੋਰ ਕਰਦੇ ਹੋ, ਹੁਣੇ ਹੀ ਤੁਹਾਨੂੰ ਲਿਆ ਕਰਕੇ ਹਾਕਮਾਂ ਨੂੰ ਅਤੇ ਫੜਾ ਦੇਣਾ। ਇਹਨੇ ਜਾ ਕਰਕੇ ਪੁਕਾਰ ਕੀਤੀ ਕਿ ਮੇਰੇ ਪਾਸ ਕਲਗੀਧਰ ਪਾਤਸ਼ਾਹ ਦੀ ਮਾਤਾ ਅਤੇ ਉਹਦੇ ਸਾਹਿਬਜ਼ਾਦੇ ਹਨ, ਫੌਜਾਂ ਲੈ ਕਰਕੇ ਸਾਹਿਬਜ਼ਾਦਿਆਂ ਨੂੰ ਸਰਹੰਦ ਪਹੁੰਚੀਆਂ ਹਨ। ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਗੁਰਪ੍ਰਤਾਪ ਸੂਰਜ ਗ੍ਰੰਥ ਮੁਤਾਬਕ 3 ਦਿਨ ਤੱਕ ਇਸ ਠੰਡੇ ਬੁਰਜ ਵਿੱਚ ਟਿਕਾਇਆ ਗਿਆ ਹੈ, ਜਿੱਥੇ ਗਰਮੀਆਂ ਦੇ ਵਿੱਚ ਵੀ ਕਦੀ ਠੰਡ ਨਹੀਂ ਸੀ ਲੱਗਦੀ, ਉੱਥੇ ਸਿਆਲ ਦੇ ਵਿੱਚ ਆਪਾਂ ਵੇਖੀਏ ਵੀ ਕੀ ਹਾਲ ਹੋਵੇਗਾ। ਇਸ ਬੁਰਜ ਵਿੱਚ ਰੱਖਿਆ ਹੈ। ਓੜਕ ਸਾਹਿਬਜ਼ਾਦਿਆਂ ਨੂੰ ਸਭਾ ਵਿੱਚ ਬੁਲਾਇਆ ਗਿਆ ਹੈ ਅਤੇ ਜਾਣ ਵਾਸਤੇ ਲਿਜਾਣ ਵਾਸਤੇ ਡਿਊਟੀ ਲੱਗੀ ਹੈ ਮਰਿੰਡੇ ਦੇ ਨਵਾਬ ਦੀ, ਉਹ ਲੈ ਕਰਕੇ ਸਾਹਿਬਜ਼ਾਦਿਆਂ ਨੂੰ ਸਭਾ ਵਿੱਚ ਗਿਆ। ਸਭਾ ਵਿੱਚ ਜਾਂਦਿਆਂ ਹੀ ਇਹ ਮਰਿੰਡੇ ਦਾ ਨਵਾਬ ਵਜੀਦੇ ਖਾਂ ਦੇ ਸਾਹਮਣੇ ਕਹਿਣ ਲੱਗਾ, ਸਾਹਿਬਜ਼ਾਦਿਆਂ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਉਹਨੂੰ ਅੰਕਿਤ ਕੀਤਾ ਹੈ, ਉਹ ਕਹਿੰਦਾ ਹੈ, ਸਾਹਿਬਜ਼ਾਦਿਓ ਪਿਤਾ ਤੁਮਾਰਾ ਗੜ ਚਮਕੌਰ ਘੇਰ ਗਹਿ ਮਾਰਾ, ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ, ਸੰਗੀ ਸਿੰਘ ਸਕਲ ਸੋ ਮਾਰੇ, ਅਬ ਤੁਮਰੋ ਰਾਖਾ ਕੋ ਨਾਹੀ, ਇਣਤੇ ਆਣ ਉਭਾਰੇ ਤਾਹੀ। ਅਤੇ ਉਸ ਸਮੇਂ ਕਹਿਣ ਲੱਗੇ, ਇਹ ਸਾਹਿਬਜ਼ਾਦਿਓ ਤੁਹਾਡਾ ਜਿਹੜਾ ਪਿਤਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨੂੰ ਚਮਕੌਰ ਦੀ ਗੜੀ ਵਿੱਚ ਘੇਰ ਕਰਕੇ ਅਤੇ ਮਾਰ ਦਿੱਤਾ ਗਿਆ, ਇਕੱਲਾ ਉਹਨਾਂ ਨੂੰ ਨਹੀਂ, ਤਹਿ ਤੁਮਰੇ ਦਵੈ ਭਰਾਤ ਪ੍ਰਹਾਰੇ, ਤੁਹਾਡੇ ਦੋਵੇਂ ਭਰਾਤਾ ਸਹਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਨੂੰ ਵੀ ਉੱਥੇ ਮਾਰ ਦਿੱਤਾ ਗਿਆ ਹੈ, ਭਾਵ ਸ਼ਹੀਦ ਕਰ ਦਿੱਤਾ। ਅਤੇ ਗੱਲ ਇੱਥੇ ਨਹੀਂ ਮੁੱਕੀ, ਕਹਿੰਦੇ ਸੰਗੀ ਸਿੰਘ ਸਕਲ ਸੋ ਮਾਰੇ, ਜਿੰਨੇ ਵੀ ਸੰਗੀ ਸਿੰਘ ਸਨ ਸਾਰਿਆਂ ਨੂੰ ਮਾਰ ਦਿੱਤਾ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਚਨ। ਅਤੇ ਨਾਲ ਉਹਨੇ ਕਿਹਾ, ਕਹਿੰਦਾ ਅਬ ਤੁਮਰੋ ਰਾਖਾ ਨਹਿ ਕੋਈ, ਇਣਤੇ ਆਣ ਉਬਾਰੇ ਜੋਈ, ਕਹਿੰਦਾ ਹੁਣ ਤੁਹਾਡਾ ਸੰਸਾਰ ਵਿੱਚ ਰਾਖਾ ਕੋਈ ਨਹੀਂ ਰਿਹਾ, ਜਿਹੜਾ ਇੱਥੋਂ ਆਣ ਕਰਕੇ ਤੁਹਾਨੂੰ ਉਬਾਰ ਲੈਣਾ ਕਰੇ, ਤੁਹਾਨੂੰ ਕੱਢ ਲੈਣਾ ਕਰੇ, ਅਤੇ ਹੁਣ ਤੁਸੀਂ ਕੀ ਕਰੋ। ਕਹਿੰਦਾ ਇਹ ਨਵਾਬ ਸਰਦਾਰ ਤਮਾਮੂ ਝੁੱਕ ਸਿਰ 'ਤੇ ਤੁਮ ਕਰੋ ਸਲਾਮੂ, ਕਹਿੰਦਾ ਇਹ ਜਿਹੜਾ ਨਵਾਬ ਹੈ ਨਾ ਵਜੀਦ ਖਾਂ, ਇਹਨੂੰ ਤਮਾਮ ਸਾਰਿਆਂ ਦਾ ਔਰੰਗਜ਼ੇਬ ਬਾਦਸ਼ਾਹ ਨੇ ਨਵਾਬ ਸਰਦਾਰ ਕੀਤਾ ਹੋਇਆ, ਤੁਹਾਡਾ ਫਰਜ਼ ਬਣਦਾ ਹੈ ਸਿਰ ਝੁਕਾ ਕਰਕੇ ਅਤੇ ਇਸ ਨੂੰ ਸਲਾਮ ਕਰਨਾ ਕਰੋ, ਸਲਾਮ ਠੋਕੋ ਤੁਸੀਂ। ਕਿਉਂ, ਕਾਰਨ ਕੀ ਹੈ ਸਲਾਮ ਕਰਨ ਦਾ, ਪੁੱਛਿਆ ਜਿਸ ਸਮੇਂ। ਕਹਿਣ ਲੱਗਾ, ਨਹਿ ਮਰਵਾਏ ਲੇਹ ਬਚਾਈ, ਅਤੇ ਇਸ ਕਰਕੇ ਜੀਵਤ ਰਹੀਏ ਸੀਸ ਚੁਕਾਈ, ਕਹਿੰਦੇ ਮਰਵਾਏਗਾ ਨਹੀਂ ਤੁਹਾਨੂੰ, ਬਚਾ ਲੈਣਾ ਕਰੇਗਾ, ਤੁਹਾਡਾ ਵੀ ਫਿਰ ਫਰਜ਼ ਬਣਦਾ ਏ, ਤੁਸੀਂ ਸਿਰ ਝੁਕਾ ਕਰਕੇ ਅਤੇ ਜਿਉਂਦੇ ਰਹੋ, ਤੁਹਾਡਾ ਫਰਜ਼ ਹੈ, ਇਹ ਸਿਰ ਝੁਕਿਆ ਰਹੇਗਾ
ਅਤੇ ਜੀਂਦੇ ਰਹੋਗੇ। ਅਤੇ ਕਹਿੰਦੇ ਜਦੋਂ ਇਹ ਬਚਨ ਸੁਣੇ ਨਾ ਤਾਂ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਨੇ ਉਸ ਸਮੇਂ, ਸੁਣ ਜ਼ੋਰਾਵਰ ਸਿੰਘ ਹੋਏ ਸਾਵਧਾਨ, ਸਭਨ ਸੁਣਾਏ ਬਚਨ ਬਖਾਣ, ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਜਗ ਮੈਂ ਕੌਣ ਹਵੈਤ ਸਮਾਰਾ। ਕਹਿਣ ਲੱਗੇ ਉਹ ਸੁਣ ਸਾਵਧਾਨ ਹੋ ਕਰਕੇ ਬਚਨ ਕੀਤੇ। ਕਹਿਣ ਲੱਗੇ ਉਹ ਨਵਾਬ ਸੁਣਨਾ ਕਰ, ਸਾਡੇ ਸਤਿਗੁਰੂ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਸ੍ਰੀ ਸਤਿਗੁਰ ਜੋ ਪਿਤਾ ਹਮਾਰਾ, ਜਗ ਮੈਂ ਕੌਣ ਹਵੈਤ ਸਮਾਰਾ। ਕਹਿਣ ਲੱਗੇ ਜੋ ਸਾਡੇ ਪਿਤਾ ਸਤਿਗੁਰੂ ਸਾਹਿਬ ਹਨ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕੋਈ ਸੰਸਾਰ 'ਤੇ ਹੈ ਜਿਹੜਾ ਉਹਨਾਂ ਨੂੰ ਮਾਰ ਸਕੇ? ਅਤੇ ਅੱਗੇ ਪ੍ਰਮਾਣ ਦਿੱਤਾ, ਕਹਿੰਦੇ ਕਿਆ ਆਕਾਸ਼ ਕੋਈ ਮਾਰੇ। ਕਹਿੰਦੇ ਕੌਣ ਹੈ ਭਾਈ ਜਿਹੜਾ ਆਕਾਸ਼ ਨੂੰ ਮਾਰ ਸਕਦਾ ਹੈ ਕੋਈ ਸੰਸਾਰ ਦੇ ਉੱਤੇ? ਜਿਵੇਂ ਆਪਾਂ ਗੁਰਬਾਣੀ 'ਚ ਪੜ੍ਹਦੇ, ਸਰ ਸੰਦੇ ਆਗਾਸ ਕੋ ਕਿਉਂ ਪਹੁੰਚਿਆ ਬਾਣ। ਕੋਈ ਅਨੇਕਾਂ ਤੋਪਾਂ ਚਲਾਈ ਜਾਵੇ, ਅਨੇਕਾਂ ਤੀਰ ਚਲਾਈ ਜਾਵੇ, ਅਨੇਕਾਂ ਬੰਦੂਕਾਂ ਚਲਾਈ ਜਾਵੇ, ਆਕਾਸ਼ ਨੂੰ ਗੋਲੀ ਮਾਰ ਸਕਦਾ? ਆਕਾਸ਼ ਨੂੰ ਭਾਈ ਕੋਈ ਤੀਰ ਮਾਰ ਸਕਦਾ ਹੈ? ਬਾਬਾ ਜ਼ੋਰਾਵਰ ਸਿੰਘ ਕਹਿੰਦੇ ਭੋਲੀਆਂ ਗੱਲਾਂ ਨਾ ਕਰੋ, ਕੋਈ ਆਕਾਸ਼ ਨੂੰ ਮਾਰ ਨਹੀਂ ਸਕਦਾ। ਅਤੇ ਅੱਗੇ ਹੋਰ ਪ੍ਰਮਾਣ ਦਿੱਤਾ, ਭਾਈ ਕੌਣ ਅੰਧੇਰੀ ਕੌ ਨਿਰਵਰ ਹੀ। ਕਹਿਣ ਲੱਗੇ ਕੋਈ ਹੈ ਸੰਸਾਰ 'ਤੇ ਹਨੇਰ ਚੱਲਦਾ ਹੋਵੇ ਅਤੇ ਉਹਨੂੰ ਵਿੱਚ ਖਲੋ ਕਰਕੇ ਰੋਕ ਦੇਵੇ? ਇਸੇ ਤਰੀਕੇ ਨਾਲ ਕਹਿਣ ਲੱਗੇ ਪਿਤਾ ਸਤਿਗੁਰੂ ਸਾਹਿਬ ਆਕਾਸ਼ ਦੀ ਨਿਆਈ ਹੈ, ਉਹਨਾਂ ਦੀ ਪਾਵਨ ਕਿਰਪਾਨ ਹਨੇਰੀ ਦੀ ਨਿਆਈ ਹੈ। ਜ਼ਾਲਮੋ, ਮੇਰੇ ਸਤਿਗੁਰੂ ਪਿਤਾ ਦੇ ਅੱਗੇ ਤੁਹਾਡਾ ਕੋਈ ਵੱਸ ਨਹੀਂ ਚੱਲ ਸਕਦਾ। ਤੁਸੀਂ ਸਤਿਗੁਰੂ ਸਾਹਿਬ ਜੀ ਦੀ ਤਲਵਾਰ ਦੀ ਭੇਟਾ ਚੜ੍ਹ ਕੇ ਹੀ ਮੁੜਦੇ ਜੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਹੋ ਜਾਂਦੇ। ਅਤੇ ਇਹ ਨਹੀਂ, ਇਕੱਲੇ ਸਾਹਿਬਜ਼ਾਦੇ ਬਚਨ ਨਹੀਂ ਕਰਦੇ, ਗਰੀਬ ਨਵਾਜ ਜੀ ਨੇ ਜਿਹੜੀ ਪਾਵਨ ਗੁਰਬਾਣੀ ਜ਼ਫਰਨਾਮਾ ਸਾਹਿਬ, ਜਿਹੜੀ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਹੈ, ਸਤਿਗੁਰੂ ਸਾਹਿਬ ਉਹਦੇ ਵਿੱਚ ਕਹਿੰਦੇ ਵੀ ਮੈਨੂੰ ਅਫਸੋਸ ਹੈ ਇਸ ਗੱਲ ਦਾ ਨਹੀਂ। ਔਰੰਗੇ ਨੂੰ ਮੁਖਾਤਬ ਹੋ ਕਰਕੇ ਕਿਹਾ, ਔਰੰਗੇ ਤੂੰ ਤਾਂ ਬੇਸ਼ਰਮ ਹੈ, ਬੇਲੱਜਾ ਹੈ, ਬੇਅਮਾਨਾ ਹੈ, ਬੇਧਰਮਾ ਹੈ, ਅਨੇਕਾਂ ਪ੍ਰਮਾਣ ਦਿੱਤੇ। ਕਹਿੰਦੇ ਤੈਨੂੰ ਤਾਂ ਸ਼ਰਮ ਕੋਈ ਨਹੀਂ ਨਾ, ਤੂੰ ਤਾਂ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਜਾਣਦਾ, ਪਰ ਮੈਨੂੰ ਬੜਾ ਅਫਸੋਸ ਹੈ ਕਿ ਜਿਹੜਾ ਤੂੰ ਖਵਾਜਾ ਮਰਦ ਭੇਜਿਆ ਨਾ 10 ਲੱਖ ਫੌਜ ਦੇ ਕਰਕੇ ਦਿੱਲੀ ਤੋਂ, ਜਿਹੜਾ ਤੇਰੇ ਸਾਰੇ ਜਰਨੈਲਾਂ ਦਾ ਜਰਨੈਲ ਸੀ, ਮੈਂ ਵੇਖਿਆ ਕਿ ਉਹ ਕੰਧਾਂ ਪਿੱਛੇ ਲੁਕਦਾ ਫਿਰਦਾ ਸੀ, ਅਤੇ ਅਫਸੋਸ ਕਿਹੜੀ ਗੱਲ ਦਾ ਹੈ? ਗਰੀਬ ਨਵਾਜ ਕਹਿੰਦੇ ਦਰੇਗਾ ਅਗਰ ਰੋਏ ਉਹ ਦੀਦ ਮੈਂ, ਬਾ ਜੱਕ ਲਾਚਾਰ ਤੀਰ ਬਖਸ਼ੀਦ ਮੈਂ। ਕਹਿੰਦੇ ਉਹ ਅਫਸੋਸ ਇਸ ਗੱਲ ਦਾ ਏ, ਜਿਹੜਾ ਤੇਰਾ ਜਰਨੈਲ ਸੀ, ਜੇ ਕਿਤੇ ਕਹਿੰਦੇ ਸਾਨੂੰ ਉਹ ਦਿਸ ਪੈਂਦਾ ਦੀਦਮੇ ਤੋਂ ਭਾਵੇ ਕਿਤੇ ਦਰਸ਼ਨ ਦਿੰਦਾ, ਕਹਿੰਦੇ ਉਹ ਕਾਇਰ ਕਿਤੇ ਸਾਡੇ ਸਾਹਮਣੇ ਆ ਜਾਂਦਾ, ਅਤੇ ਕਹਿੰਦੇ ਅਸੀਂ ਉਹਨੂੰ ਇੱਕ ਲਾਚਾਰ ਬੇਵਸੀ 'ਚ ਤੀਰ ਬਖਸ਼ ਦਿੰਦੇ। ਕਹਿੰਦੇ ਤੂੰ ਤਾਂ ਬੇਸ਼ਰਮ ਹੈ, ਪਰ ਜਿਹੜਾ ਤੇਰਾ ਭੇਜਿਆ ਹੋਇਆ ਸਰਦਾਰ ਸੀ ਉਹ ਤੇਰੇ ਨਾਲੋਂ ਵੱਡਾ ਕਾਇਰ ਸੀ, ਉਹਨੂੰ ਇਹ ਖਵਾਜਾ ਮਰਦ ਕਹਿੰਦਾ ਸੀ। ਗਰੀਬ ਨਵਾਜ ਮਹਾਰਾਜ ਜੀ ਨੇ ਉਹਨੂੰ ਖਵਾਜਾ ਮਰਦੂਦ ਕਰਕੇ ਗੁਰਬਾਣੀ 'ਚ ਲਿਖਿਆ। ਅਤੇ ਇੱਥੇ ਸਾਹਿਬਜ਼ਾਦੇ ਵੀ ਕਹਿੰਦੇ ਭਾਈ ਕੋਈ ਹੈ ਸੰਸਾਰ 'ਤੇ ਜਿਹੜਾ ਵਗਦੀ ਹੋਈ ਹਨੇਰੀ ਨੂੰ ਰੋਕ ਸਕਦਾ ਹੋਵੇ? ਅਤੇ ਅੱਗੇ ਪ੍ਰਮਾਣ ਦਿੱਤਾ, ਭਾਈ ਕੌਣ ਸੋ ਮੇਰ ਕੋ ਸਕੈ ਚਲਾਈ। ਕੋਈ ਹੈ ਸੰਸਾਰ 'ਤੇ ਕਿ ਕੋਈ ਮੇਰ ਸੁਮੇਰ ਪਰਬਤ ਨੂੰ ਚਲਾ ਸਕਦਾ ਹੋਵੇ, ਧੱਕ ਕੇ ਪਾਸੇ ਕਰ ਦੇਵੇ? ਅਤੇ ਸੱਸ ਸੂਰਜ ਨਹਿ ਪਰਸਤ ਕੋਈ। ਕਹਿੰਦੇ ਸੱਸ ਚੰਦਰਮਾ ਅਤੇ ਸੂਰਜ ਨੂੰ ਕੋਈ ਫੜ ਨਹੀਂ ਸਕਦਾ ਹੱਥਾਂ ਦੇ ਨਾਲ। ਇਸ ਕਰਕੇ ਕਹਿੰਦੇ ਸੀਸ ਝੁਕਾਉਣਾ ਤਾਂ ਦੂਰ ਦੀ ਗੱਲ ਏ, ਸਲਾਮ ਕਬੂਲ ਸਲਾਮ ਕਹਿਣਾ ਤਾਂ ਦੂਰ ਦੀ ਗੱਲ ਹੈ। ਹਾਂ ਅਸੀਂ ਸੀਸ ਝੁਕਾਉਂਦੇ ਹਾਂ, ਤੁਹਾਨੂੰ ਦੱਸੀਏ ਕਿਹਦੇ ਅੱਗੇ? ਕਹਿਣ ਲੱਗੇ ਕਰਤਾ ਪੁਰਖ ਅਕਾਲ ਕਿਰਪਾਲੂ, ਸਭ ਤੇ ਵੱਡੋ ਕਾਲ ਕੋ ਕਾਲੂ। ਜੋ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ ਨਾ, ਮੌਤ ਦਾ ਡਰ ਦਿੰਦੇ ਹੋ? ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਹੈ, ਜਿਹੜਾ ਸਾਰਿਆਂ ਤੋਂ ਵੱਡਾ ਕਾਲ ਹੈ, ਜਿਹਨੂੰ ਗਰੀਬ ਨਵਾਜ ਮਹਾਰਾਜ ਜੀ ਨੇ ਮਹਾਂਕਾਲ ਕਰਕੇ ਲਿਖਿਆ, ਜਿਹਨੂੰ ਸਤਿਗੁਰੂ ਸਾਹਿਬ ਕਹਿੰਦੇ ਨਾ ਮਹਾਂਕਾਲ, ਕਾਲ ਕਾ ਆਰਾਧੀ, ਜਿਹੜਾ ਸਾਰਿਆਂ ਕਾਲਾਂ ਦਾ ਕਾਲ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ। ਸਾਹਿਬਜ਼ਾਦੇ ਕਹਿੰਦੇ ਅਸੀਂ, ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ ਉਹ ਸੂਬੇ, ਅਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਸੀਸ ਝੁਕਾਉਂਦੇ ਹਾਂ।
ਇਹ ਨਵਾਬ ਮਰਿੰਡੇ ਵਾਲਾ ਕਹਿਣ ਲੱਗਾ, ਕਹਿੰਦਾ ਇਹਦੇ ਅੱਗੇ ਕਿਉਂ ਨਹੀਂ ਝੁਕਾਉਂਦੇ? ਕਹਿਣ ਲੱਗੇ, ਇਹ ਨਰ ਪਾਮਰ ਪਾਪ ਕਮਾਵੈ ਹੈ, ਕਿਮ ਇਨ ਆਗੈ ਸੀਸ ਝੁਕਾਵੈ। ਕਹਿਣ ਲੱਗੇ, ਇਹ ਤਾਂ ਪਾਮਰ ਪਾਪੀ ਮਨੁੱਖ ਹੈ, ਇਹ ਸਿਰ ਝੁਕਦਾ ਹੈ ਪਰਮੇਸ਼ੁਰ ਦੇ ਪਿਆਰਿਆਂ ਅੱਗੇ, ਸਿਰ ਝੁਕਦਾ ਹੈ ਪਰਮੇਸ਼ੁਰ ਵਾਹਿਗੁਰੂ ਅੱਗੇ। ਕਹਿੰਦੇ ਆ ਪਾਪੀ ਮਨੁੱਖ ਅੱਗੇ ਤੁਸੀਂ ਕਹਿੰਦੇ ਜੇ ਸਿਰ ਝੁਕਾ ਲਈਏ, ਇਹ ਨਹੀਂ ਹੋ ਸਕਦਾ। ਇਹ ਸਿਰ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਝੁਕਦਾ ਹੈ, ਇਹ ਪਾਪੀਆਂ ਅੱਗੇ ਨਹੀਂ ਝੁਕਦਾ। ਕਿਉਂ? ਸਾਡੇ ਪਿਤਾ ਸਤਿਗੁਰੂ ਸਾਹਿਬ ਜੀ ਦਾ ਅਵਤਾਰ ਹੀ ਇਸ ਕਰਕੇ ਹੈ। ਉਹਨਾਂ ਨੇ ਤੇ ਬਚਨ ਕੀਤੇ ਹਨ ਕਿ ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਹੋ ਸਾਧੂ ਸੁਭ ਮਣਮੰ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਣ ਕੋ ਮੂਲ ਉਪਾਰਨ। ਜਨਮ ਦਾ ਕਾਰਨ ਕੀ ਹੈ? ਧਰਮ ਨੂੰ ਚਲਾਉਣ ਵਾਸਤੇ, ਸੰਤਾਂ ਦੇ ਉਬਾਰ ਵਾਸਤੇ, ਸਾਰੇ ਦੁਸ਼ਟਾਂ ਦੀ ਮੂਲ ਜੜ ਪੁੱਟਣ ਵਾਸਤੇ। ਕਹਿੰਦੇ ਭਾਈ, ਜਿਹੜੇ ਉਸ ਦਸ਼ਮੇਸ਼ ਦੇ ਪੁੱਤਰ ਹੋਣ ਉਹ ਕਿਤੇ ਹਿੱਲ ਜਾਂਦੇ ਨੇ। ਅਤੇ ਇਸੇ ਤਰੀਕੇ ਦੀ ਵਾਰਤਾ ਕਰਤਾਰ ਸਿੰਘ ਬਲੱਗਣ ਜੀ ਨੇ ਵੀ ਆਪਣੀ ਰਚਨਾ ਵਿੱਚ ਲਿਖੀ ਹੈ। ਇਹ ਤਾਂ ਕਵੀ ਸੰਤੋਖ ਸਿੰਘ ਜੀ ਦੇ ਬਚਨ ਆਪਾਂ ਪੜ੍ਹ ਰਹੇ ਸਾਂ। ਕਰਤਾਰ ਸਿੰਘ ਬਲੱਗਣ ਨੇ ਜਦੋਂ ਨੂਰਾ ਮਾਹੀ ਜੀ ਦਾ ਮਿਲਾਪ ਹੋਇਆ ਨਾ ਸਤਿਗੁਰੂ ਸਾਹਿਬ ਜੀ ਦੇ ਨਾਲ, ਅਤੇ ਮਾਹੀ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਦੱਸਿਆ ਹੈ, ਗਰੀਬ ਨਿਵਾਜ ਨੇ ਪੁੱਛਿਆ ਕਿ ਦੱਸੋ ਸਾਹਿਬਜ਼ਾਦਿਆਂ ਦੀ ਕੀ ਵਾਰਤਾ ਲੈ ਕਰਕੇ ਆਏ? ਅਤੇ ਮਾਹੀ ਜੀ ਕਹਿਣ ਲੱਗੇ, ਸਤਿਗੁਰੂ ਸਾਹਿਬ, ਸਾਹਿਬਜ਼ਾਦਿਆਂ ਸਭਾ ਅੰਦਰ ਗੱਜ ਕੇ ਫਤਿਹ ਖਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀ ਕਾਜੀ ਦੇ ਹੱਥੋਂ ਛੁਡਾ ਦਿੱਤੀ। ਵਜੀਦੇ ਆਖਿਆ ਸਲਾਮ ਕਰੋ ਮੁੰਡਿਓ, ਉਹਨਾਂ ਸਾਹਮਣਿਓਂ ਜੁੱਤੀ ਵਿਖਾ ਦਿੱਤੀ। ਜੇਕਰ ਉਹਨਾਂ ਤਲਵਾਰ ਦਾ ਡਰ ਦਿੱਤਾ ਤੇ ਉਹਨਾਂ ਹੱਸ ਕੇ ਧੌਣ ਅਕੜਾ ਦਿੱਤੀ। ਸੂਬਾ ਬੋਲਿਆ ਰੋਹ ਵਿੱਚ ਆ ਕੇ ਕਹਿਣ ਲੱਗਾ, ਗੁਸਤਾਖ ਮੁੰਡਿਓ, ਅੱਜ ਤੁਹਾਡੀ ਮੈਂ ਅਲਖ ਮੁਕਾ ਦਿਆਂਗਾ, ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਆ ਦਿਆਂਗਾ। ਫਤਿਹ ਸਿੰਘ ਨੇ ਖੜਕ ਕੇ ਕਿਹਾ, ਅੱਗੋਂ ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ, ਅਸੀਂ ਅਸਲ ਫਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ, ਅਸੀਂ ਉਹ ਪਰਵਾਨੇ ਹਾਂ ਸਮਾਂ ਉੱਤੇ, ਸਮਾਂ ਜਲਣ ਤੋਂ ਪਹਿਲਾਂ ਜਿਹੜੇ ਸੜ ਜਾਂਦੇ, ਬੱਚੇ ਹੋਣ ਜੋ ਬੱਬਰ ਸ਼ੇਰਾਂ ਦੇ, ਉਹ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ। ਕਹਿਣ ਲੱਗੇ, ਉਹ ਭਾਈ ਕਹਿੰਦੇ ਡਰ ਦਿੰਦਾ, ਬਾਬਾ ਫਤਿਹ ਸਿੰਘ ਕਹਿਣ ਲੱਗੇ। ਨੂਰਾ ਮਾਈ ਜੀ ਕਹਿੰਦੇ, ਸਤਿਗੁਰੂ ਸਾਹਿਬ, ਜਦੋਂ ਸਾਹਿਬਜ਼ਾਦਿਆਂ ਨੂੰ ਉਹਨਾਂ ਆਖਿਆ ਨਾ ਦੀਨ ਕਬੂਲ ਕਰ ਲਵੋ, ਅਤੇ ਉਹਨਾਂ ਨੇ ਅੱਗੋਂ ਜੁੱਤੀ ਵਿਖਾਲੀ, ਜੁੱਤੀ ਜਦੋਂ ਸਲਾਮ ਕਹਿਣ ਲਈ ਕਿਹਾ, ਅਤੇ ਆਪਾਂ ਪੜ੍ਹਦੇ ਹਾਂ ਇਤਿਹਾਸ ਵਿੱਚ ਅਨੇਕਾਂ ਯਤਨ ਕੀਤੇ ਗਏ, ਕੋਈ ਇੱਕ ਦੋ ਨਹੀਂ, ਅਨੇਕਾਂ ਯਤਨ ਕੀਤੇ ਗਏ। ਜਿਸ ਸਮੇਂ ਸਭਾ 'ਚ ਬੁਲਾਇਆ ਗਿਆ ਹੈ, ਵੱਡਾ ਦਰਵਾਜ਼ਾ ਬੰਦ ਰੱਖਿਆ ਹੈ, ਛੋਟੀ ਜੀ ਬਾਰੀ ਖੋਲ੍ਹੀ ਹੈ। ਕਾਰਨ ਕੀ ਸੀ? ਕਿ ਉਸ ਤਰ੍ਹਾਂ ਤਾਂ ਮੰਨਦੇ ਨਹੀਂ, ਬੜੀ ਗੱਜ ਕੇ ਫਤਿਹ ਬੁਲਾਉਂਦੇ, ਜਦੋਂ ਆਉਂਦੇ ਨੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਤੇ ਇਹਨਾਂ ਦੇ ਕੰਨ ਸੜ ਜਾਂਦੇ ਨੇ ਵਾਹਿਗੁਰੂ ਦਾ ਨਾਮ ਸੁਣ ਕਰਕੇ। ਜਿਹੜੇ ਜਾਲੀ ਦੇ ਨਾਰੇ ਮਾਰਨ ਵਾਲੇ, ਜਿਹੜੇ ਕਹਿੰਦੇ ਨੇ ਫਤਿਹ ਕਦੀ ਵੀ ਕਾਫਰਾਂ ਦੀ ਹੋ ਨਹੀਂ ਸਕਦੀ, ਮੈਦਾਨੇ ਜੰਗ 'ਚ ਜੇ ਫਤਿਹ ਹੋਵੇਗੀ ਤਾਂ ਸਾਡੀ ਹੋਵੇਗੀ, ਜਿਨ੍ਹਾਂ ਨੇ ਇੱਥੋਂ ਤੱਕ ਸ਼ਰ੍ਹਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹਦੀ ਜ਼ਬਾਨ ਤੋਂ ਖਾਲਸਾ ਨਿਕਲ ਜਾਵੇ ਉਹਦੀ ਜ਼ਬਾਨ ਵੱਢ ਦਿਓ, ਇੱਥੋਂ ਤੱਕ ਇਹਦੇ ਇਹਨਾਂ ਦੇ ਕਾਜ਼ੀਆਂ ਨੇ ਲਿਖਿਆ ਹੋਇਆ ਸੀ। ਜੇ ਨਹੀਂ ਯਕੀਨ ਆਵੇ ਤਾਂ ਇਹ ਪੜ੍ਹ ਲਵੋ, ਜਦੋਂ ਔਰੰਗੇ ਪਾਸ ਜ਼ਫਰਨਾਮਾ ਸਾਹਿਬ ਪਹੁੰਚੇ ਹਨ, ਜਦੋਂ ਇਹ ਪੱਤਰਿਕਾ ਪਹੁੰਚੀ ਅਤੇ ਇਹ ਪੜ੍ਹ ਕਰਕੇ ਇਹਨੂੰ ਅਪਰ ਛੱਲਾਂ ਸ਼ੁਰੂ ਹੋਈਆਂ ਨੇ, ਉਲਟੀਆਂ ਆਉਣ ਲੱਗ ਪਈਆਂ, ਮਰਨ ਕੰਢੇ ਪੈ ਗਿਆ, ਕਿਸੇ ਵੀ ਯਤਨ ਕਰਕੇ ਇਹਦਾ ਬਚਾਅ ਨਹੀਂ ਹੁੰਦਾ, ਸਾਰੇ ਦੁਆਰੇ ਬੰਦ ਹੋ ਗਏ। ਉਸ ਸਮੇਂ ਦੀ ਧੀ ਨੇ ਆਖਿਆ ਕਿ ਤੂੰ ਜ਼ਫਰਨਾਮਾ ਸਾਹਿਬ 'ਤੇ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਲਿਖਿਆ ਨਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਤੇ ਵਾਹਿਗੁਰੂ ਜੀ ਕਾ ਖਾਲਸਾ, ਤੂੰ ਆਪਣੀ ਜ਼ਬਾਨੋਂ ਨਹੀਂ ਕਹਿੰਦਾ, ਤਾਂ ਕਰਕੇ ਤੇਰਾ ਇਹ ਹਾਲ ਹੈ। ਜੇ ਅੱਬਾ ਤੂੰ ਇਹ ਕੰਮ ਕਰ ਲਵੇਂ ਨਾ ਤਾਂ ਤੇਰੀ ਜਾਨ ਸੌਖੀ ਹੋ ਜਾਵੇਗੀ। ਅਤੇ ਉਸ ਸਮੇਂ ਕਹਿਣ ਲੱਗਾ, ਕਹਿੰਦਾ ਮੈਂ ਆਪਣੀ ਜ਼ਬਾਨ ਤੋਂ ਕਦੀ ਖਾਲਸਾ ਨਹੀਂ ਕਹਾਂਗਾ। ਅਤੇ ਕਾਜ਼ੀ ਲਾਗੇ ਬੈਠੇ ਹੋਏ ਸਨ, ਕਹਿਣ ਲੱਗੇ, ਬਾਦਸ਼ਾਹ ਸਲਾਮਤ, ਖਾਲਸਾ ਤਾਂ ਤੂੰ ਕਹਿ ਦਿੱਤਾ ਹੈ ਅਤੇ ਤੇਰੀ ਬਣਾਈ ਸ਼ਰ੍ਹਾਂ ਮੁਤਾਬਕ ਤੈਨੂੰ ਸਜ਼ਾ ਵੀ ਲੱਗੇਗੀ। ਇਹ ਕਹਿੰਦਾ ਫਿਰ ਦਵੋ। ਕਹਿਣ ਲੱਗੇ, ਸਜ਼ਾ ਤਾਂ ਜ਼ਬਾਨ ਵੱਢਣ ਦੀ ਹੈ, ਪਰ ਚੱਲ ਤੂੰ ਬਾਦਸ਼ਾਹ ਹੈ,
ਤੇਰੇ ਨਾਲ ਰਿਆਇਤ ਕਰਦੇ ਹਾਂ, ਜਿਵੇਂ ਅੱਜ ਕੱਲ੍ਹ ਵੀ ਸਮਾਂ ਚੱਲਦਾ ਹੈ ਨਾ। ਪਰ ਖਾਲਸਾ ਪੰਥ 'ਚ ਇਹ ਨਹੀਂ, ਇੱਥੇ ਵੱਡੇ ਅਤੇ ਛੋਟੇ ਦਾ ਫਰਕ ਕੋਈ ਨਹੀਂ। ਇੱਥੇ ਪੰਥ ਗੁਰੂ ਦਾ ਘੋੜਾ ਫੜ ਕੇ ਕਹਿੰਦਾ ਹੈ, ਗੁਰਦੇਵ ਸਤਿਗੁਰੂ ਸਾਹਿਬ ਦਾਦੂ ਦੁਆਰੇ ਵੱਲ ਸਿਰ ਚੁੱਕਿਆ ਹੈ, ਤਨਖਾਹ ਲਵਾਉਣੀ ਪਵੇਗੀ। ਭਾਵੇਂ ਸਮੇਂ ਮੁਤਾਬਕ ਅਸੀਂ ਸ਼ਾਇਦ ਕਿਤੇ ਕੋਈ ਕਿਸੇ ਵੱਡੇ ਦੇ ਪ੍ਰਭਾਵ ਹੇਠਾਂ ਆ ਜਾਂਦਾ ਹੋਵੇ, ਪਰ ਗੁਰੂ ਕਾ ਖਾਲਸਾ ਕਿਸੇ ਦੇ ਪ੍ਰਭਾਵ ਹੇਠਾਂ ਨਹੀਂ ਆਉਂਦਾ। ਜਿਹੜਾ ਖਾਲਸਾ ਹੈ ਨਾ, ਉਹਨੂੰ ਭਾਈ ਕਿਸੇ ਦਾ ਪ੍ਰਭਾਵ ਨਹੀਂ। ਖਾਲਸਾ ਤਾਂ ਇਹ ਹੈ, ਆਨੰਦਗੜ੍ਹ ਦੇ ਕਿਲ੍ਹੇ 'ਚੋਂ ਹੁਕਮ ਕਰਦਾ ਜੀ ਕਿਲ੍ਹਾ ਛੱਡ ਦੇਵੋ। ਮਹਾਰਾਜ ਕਹਿੰਦੇ ਸਤ ਬਚਨ, ਅਤੇ ਚਮਕੌਰ ਦੀ ਗੜੀ 'ਚ ਜਾ ਕਰਕੇ ਕਹਿੰਦਾ ਚਮਕੌਰ ਦੀ ਗੜੀ ਛੱਡ ਦੇਵੋ। ਗਰੀਬ ਨਿਵਾਜ ਕਹਿੰਦੇ ਸਤ ਬਚਨ, ਮਹਾਰਾਜ ਅੱਗੋਂ ਬਚਨ ਕਰਨ ਵੀ ਅਸੀਂ ਸ਼ਹਾਦਤ ਦੇਣੀ? ਕਹਿੰਦੇ ਨਹੀਂ, ਆਪ ਜੀ ਨੂੰ ਹੁਕਮ ਕਰਦਾ ਹੈ ਖਾਲਸਾ, ਤੁਸੀਂ ਇਹ ਹੱਕ ਦਿੱਤਾ ਹੈ, ਕਿਸੇ ਹੋਰ ਨੇ ਨਹੀਂ। ਖਾਲਸੇ ਦਾ ਹੁਕਮ ਗੁਰੂ ਮੰਨਦਾ ਹੈ, ਪਰ ਰਹੋ ਵਿਚਾਰ। ਇਹ ਕਾਜੀ ਕਹਿਣ ਲੱਗੇ ਇਵੇਂ ਕਰ, ਤੇਰੀ ਜਿੱਡੀ ਦੇਹੀ ਦਾ ਇੱਕ ਸੋਨੇ ਦਾ ਪੁਤਲਾ ਬਣਾ, ਅਤੇ ਅਸੀਂ ਉਹਦੀ ਜ਼ਬਾਨ ਕੱਟ ਕਰਕੇ, ਅਤੇ ਇਹ ਮੰਨਾਂਗੇ ਕਿ ਇਹ ਸਜ਼ਾ ਜਿਹੜੀ ਹੈ ਉਹ ਤੈਨੂੰ ਦਿੱਤੀ ਗਈ। ਅਤੇ ਓੜਕ ਇਵੇਂ ਇਹ ਕੀਤਾ ਗਿਆ। ਇਹ ਦੁਖੀ ਸੀ, ਇਹਦੀ ਧੀ ਕਹਿਣ ਲੱਗੀ, ਅੱਬਾ ਐਵੇਂ ਕਰ, ਤੂੰ ਜ਼ਬਾਨੋਂ ਨਹੀਂ ਬੋਲਣਾ, ਤੂੰ ਲਿਖ ਤਾਂ ਸਕਦਾ ਹੈ ਨਾ, ਤੂੰ ਕਾਗਜ਼ ਪੈੱਨ ਲੈ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਦੇ ਉੱਤੇ। ਅਤੇ ਜਿਸ ਸਮੇਂ ਲਿਖੀਏ ਭਾਈ, ਅਤੇ ਸੁਭਾਵਕ ਹੀ ਏ, ਜ਼ਬਾਨੋਂ ਭਾਵੇਂ ਨਾ ਬੋਲੀਏ, ਅੰਦਰ ਅੰਦਰ ਤਾਂ ਆਪਾਂ ਬੋਲ ਹੀ ਲੈਂਦੇ ਹਾਂ ਨਾ, ਜੋ ਵੀ ਲਿਖਦੇ ਹਾਂ ਉਹ ਬੋਲਿਆ ਹੀ ਜਾਂਦਾ ਹੈ ਨਾ। ਅਤੇ ਜਦੋਂ ਇਹਨੇ ਲਿਖਿਆ, ਇਹ ਗੱਲ ਮੰਨ ਗਿਆ, ਉਹ ਜਿਸ ਸਮੇਂ ਬਚਨ ਨਿਕਲੇ ਉਦੋਂ ਇਹਦੀ ਮੌਤ ਹੋ ਗਈ। ਓੜਕ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਬਚਨ ਖਾਲਸੇ ਨਾਲ ਕੀਤਾ ਸੀ ਨਾ, ਪੁੱਛਿਆ ਸੀ ਨਾ ਦੀਨੇ ਕਾਂਗੜ ਬੈਠ ਕਰਕੇ ਕਿ ਖਾਲਸਾ ਜੀ ਦੱਸੋ ਇਹਨੂੰ ਕਿਰਪਾਨ ਨਾ ਮਾਰੀਏ। ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਜਿੰਨਾ ਚਿਰ ਇਹ ਜ਼ਾਲਮ ਜਿਉਂਦਾ ਹੈ ਉਹਨਾਂ ਚਿਰ ਨਾ ਇਹਨੇ ਆਪ ਚੈਨ ਨਾ ਬਹਿਣਾ ਹੈ, ਨਾ ਗਰੀਬ ਨਿਵਾਜ ਸਾਨੂੰ ਬਹਿਣ ਦੇਣਾ ਹੈ, ਕੁਝ ਕਰੋ ਇਹਦਾ। ਅਤੇ ਸਤਿਗੁਰੂ ਸਾਹਿਬ ਕਹਿਣ ਲੱਗੇ, ਖਾਲਸਾ ਜੀ ਫਿਰ ਦੱਸੋ ਤੇਗ ਨਾ ਮਾਰੀਏ ਅਤੇ ਚਿੱਠੀ ਨਾ ਹੀ ਮਾਰ ਦਈਏ। ਅਤੇ ਖਾਲਸੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੰਗ ਲੜਦਿਆਂ ਨੂੰ ਬੜਾ ਸਮਾਂ ਹੋ ਗਿਆ, ਹੁਣ ਤਾਂ ਥੱਕੇ ਪਏ ਹਾਂ, ਚਿੱਠੀ ਵਾਲਾ ਕੰਮ ਚੰਗਾ ਇਹਦੇ ਨਾਲ ਹੀ ਮਾਰ ਦੇਵੋ। ਕਹਿੰਦੇ ਚੰਗਾ, ਫਿਰ ਆ ਪੱਤਰਕਾ ਲਿਖ ਕੇ ਦਿੰਦੇ ਹਾਂ, ਜਾਓ ਇਹਦੇ ਪਾਸ ਪਹੁੰਚਾ ਦਿਓ। ਪਰ ਤਨ ਹੈ ਗੁਰੂ ਕਾ ਖਾਲਸਾ। ਪਿਆਰੇ ਉਹ ਦੀਨੇ ਦਾ ਇਤਿਹਾਸ ਪੜ੍ਹੀਏ, ਜਿਸ ਸਮੇਂ ਪਿਆਰੇ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਇਹ ਆਗਰੇ ਤੋਂ ਹੀ ਗੁਰਮੁਖ ਪਿਆਰੇ ਸਨ, ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਇਹ ਪੱਤਰਕਾ ਲੈ ਜਾਵੋ। ਅਤੇ ਲੈ ਕਰਕੇ ਜਿਸ ਸਮੇਂ ਤੁਰੇ, ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਨਾਲ ਘੋੜਾ ਤੋਰਿਆ ਹੈ ਦੋਵਾਂ ਗੁਰਮੁਖਾਂ ਦੇ। ਕਈ ਕੋਹ ਤੱਕ ਸਤਿਗੁਰੂ ਸਾਹਿਬ ਜੀ ਘੋੜੇ 'ਤੇ ਨਾਲ ਆਏ, ਪਿਆਰੇ ਦਇਆ ਸਿੰਘ ਜੀ ਦੇ ਅਤੇ ਭਾਈ ਧਰਮ ਸਿੰਘ ਜੀ ਦੇ। ਜਦੋਂ ਆਗਿਆ ਦਿੱਤੀ ਤਾਂ ਸਤਿਗੁਰੂ ਸਾਹਿਬ ਜੀ ਨੇ ਧਰਤੀ ਨੂੰ ਹੱਥ ਲਾ ਕਰਕੇ ਨਮਸਕਾਰ ਕੀਤੀ। ਨਾਲ ਦੇ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੌਤੁਕ ਕਿਉਂ? ਗੁਰਦੇਵ ਨੇ ਆਖਿਆ, ਖਾਲਸਾ ਜੀ ਤੁਸੀਂ ਧੰਨ ਹੋ, ਕਾਰਨ ਪਤਾ ਨਹੀਂ ਅੱਗੇ ਜਾ ਕਰਕੇ ਕੀ ਹੋਣਾ, ਪਰ ਤੁਹਾਡੇ ਜਿੰਨਾ ਬਚਨ ਮੰਨਣ ਦੀ ਸ਼ਕਤੀ ਕਿਸੇ ਵਿੱਚ ਨਹੀਂ। ਗੁਰਦੇਵ ਦਾ ਬਚਨ ਮੰਨ ਕਰਕੇ ਤੁਰ ਪਏ, ਜੇ ਜੋ ਸਤਿਗੁਰੂ ਸਾਹਿਬ ਜੀ ਨੂੰ ਪਾਉਂਦਾ ਉਹ ਹੋ ਜਾਵੇਗਾ। ਰਹੋ ਵਿਚਾਰ। ਹੁਣ ਇਹ ਲਾਲਚ ਦਿੰਦੇ ਨੇ, ਕਹਿੰਦੇ ਮਹਾਰਾਜ ਉਹਨਾਂ ਮੌਤ ਦਾ ਡਰਾਵਾ ਦਿੱਤਾ। ਸੂਬੇ ਕਿਹਾ ਸਲਾਮ ਕਹੋ ਮੁੰਡਿਓ, ਅਤੇ ਕਹਿੰਦੇ ਉਹਨਾਂ ਅੱਗਿਓਂ ਜੁੱਤੀ ਵਿਖਾਲ ਦਿੱਤੀ ਸੀ, ਅੱਗੋਂ ਜੁੱਤੀ ਕਰ ਦਿੱਤੀ ਸਾਹਮਣੇ, ਸਭ ਸੂਬਿਆ ਅਸੀਂ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦੇ, ਪਰ ਗੁਰੂ ਕਾ ਖਾਲਸਾ ਧੱਕੇ ਨਾ ਕਿਸੇ ਦੀ ਸ਼ਰਾਬ ਨਹੀਂ ਮੰਨਦਾ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੋਤਰੇ ਹਾਂ, ਐਵੇਂ ਨਹੀਂ ਆਏ ਕੋਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਗਤੇ ਜਿਗਰ ਹਾਂ, ਐਵੇਂ ਤੇਰੀਆਂ ਧਮਕੀਆਂ ਨਾਲ ਡਰ ਨਹੀਂ ਲੱਗੇ, ਮਾਇਆ ਦੇ ਲਾਲਚ ਨਾਲ ਡਰਦੇ ਨਹੀਂ ਕਿਉਂ? ਉਹ ਕਹਿਣ ਲੱਗਾ, ਤੁਸੀਂ ਗੁਸਤਾਖੀਆਂ ਕਰਦੇ ਜੇ ਤੁਹਾਡੀ ਜਾਨ ਕੱਢ ਲਵਾਂਗਾ। ਅਤੇ ਬਾਬਾ ਫਤਿਹ ਸਿੰਘ ਜੀ ਹੱਸ ਕੇ ਕਹਿੰਦੇ ਅੱਗੋਂ, ਕਹਿੰਦੇ ਤੂੰ ਜਾਨ ਕੀ ਕੱਢਣੀ ਹੈ, ਤੈਨੂੰ ਅਸੀਂ ਦੱਸੀਏ। ਕਹਿੰਦੇ ਹੱਥ ਸ਼ੇਰ ਦੀ ਮੁੱਛ ਨੂੰ ਪਾਉਣ ਲੱਗਾ, ਪਹਿਲਾਂ ਆਪਣੀ ਇੱਜ਼ਤ ਬਚਾ ਸਾਥੋਂ, ਅਤੇ ਮਾਸ ਬਾਜ ਦੇ ਮੂੰਹ 'ਚੋਂ ਖੋਣ ਲੱਗਾ, ਅੜਿਆ ਆਪਣਾ ਮਾਸ ਬਚਾ ਸਾਥੋਂ। ਕਹਿੰਦੇ ਸ਼ੇਰ ਦੀ ਮੁੱਛ ਨੂੰ ਹੱਥ ਪਾਉਣ ਲੱਗਾ, ਤੂੰ ਐਵੇਂ ਨਾ ਸਮਝ, ਇੱਥੋਂ ਤੈਨੂੰ ਭੱਜਣਾ ਪਵੇਗਾ। ਤੂੰ ਤਾਂ ਕਹਿੰਦਾ ਤੁਹਾਡਾ ਦੀਨ ਮੈਂ ਖਰਾਬ ਕਰ ਦੇਵਾਂਗਾ, ਦੁਨੀਆਂ ਦੇ ਲੋਕ ਰਹਿੰਦੀ ਦੁਨੀਆਂ ਤੱਕ ਤੈਨੂੰ ਲਾਣਤਾਂ ਪਾਉਣਗੇ, ਰਹਿੰਦੀ ਦੁਨੀਆਂ ਤੱਕ।
ਸੋ ਉਸ ਸਮੇਂ ਅੱਗ ਬਬੂਲੇ ਹੋਏ ਨੇ, ਸੁੱਚਾ ਆਨੰਦ ਵਰਗਿਆਂ ਦੇ ਭੜਕਾਏ ਨੇ, ਆਖਿਆ ਇਹਨਾਂ ਨੂੰ ਜਿਉਂਦੇ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਲੱਗ ਗਿਆ ਸ਼ਰ੍ਹਾਂ ਮੁਤਾਬਕ ਇਹ ਫਤਵਾ ਲਾ ਦਿੱਤਾ ਗਿਆ। ਨੀਹਾਂ ਦੀ ਉਸਾਰੀ ਸ਼ੁਰੂ ਹੋਈ ਹੈ, ਬੜਾ ਲੰਮਾ ਇਤਿਹਾਸ ਹੈ, ਆਪਾਂ ਹੁਕਮ ਦੀ ਵਿਚਾਰ ਵੀ ਕਰਨੀ ਹੈ। ਬੇਨਤੀ ਆਰੰਭ ਕੀਤੀ ਸੀ, ਪੂਰੇ ਗੁਰ ਕੀ ਦੇਖ ਵਡਾਈ, ਪੂਰੇ ਗੁਰੂ ਦੀ ਵਡਿਆਈ ਕੀ ਹੈ। ਨੀਂਹ ਤਿਆਰ ਹੋਣ ਲੱਗੀ ਹੈ, ਸਾਹਿਬਜ਼ਾਦੇ ਗੁਰੂ ਕੇ ਲਾਲ ਗੁਰੂ ਕੇ ਭਾਣੇ ਅੰਦਰ ਨੀਹਾਂ ਵਿੱਚ ਖਲੋ ਗਏ ਨੇ। ਅਤੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਗੋਡਿਆਂ 'ਤੇ ਕੰਧ ਆਈ ਨਾ, ਇਹਨਾਂ ਜ਼ਾਲਮਾਂ ਨੇ ਇੱਟ ਤੋੜਨ ਲੱਗਾ ਹੈ ਕਸਾ ਜੋ ਜਿਹੜਾ ਜਲਾਦ ਸੀ, ਅਤੇ ਮਗਰੋਂ ਵਜੀਦੇ ਨੇ ਉੱਚੀ ਆਵਾਜ਼ ਦੇ ਕੇ ਚੀਕ ਕੇ ਆਖਿਆ ਇੱਟ ਨਾ ਤੋੜੀ, ਇਹਨਾਂ ਦੇ ਗੋਡਿਆਂ ਦੀਆਂ ਚੱਪਣੀਆਂ ਛਿੱਲ ਦੇ। ਇਹਨਾਂ ਬੇਗੈਰਤ ਲੋਕਾਂ ਨੇ ਗੋਡਿਆਂ ਦੀਆਂ ਚੱਪਣੀਆਂ ਛਿੱਲੀਆਂ, ਇੱਟ ਸਾਬਤ ਲਾਈ ਹੈ। ਅਤੇ ਮੇਰੇ ਉਸਤਾਦ ਜੀ ਨੇ ਮੈਨੂੰ ਪੜ੍ਹਾਇਆ, ਕਹਿਣ ਲੱਗੇ ਪੁੱਤ ਇੱਟ ਸਾਬਤ ਤਾਂ ਲੱਗਦੀ ਹੈ, ਇਹ ਤਾਂ ਲੱਗੀ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਅਧੂਰਾ ਕਾਮਯਾਬ ਹੀ ਕੋਈ ਨਹੀਂ ਹੁੰਦਾ, ਅਤੇ ਇਹ ਤਾਂ ਨੀਂਹ ਰੱਖੀ ਜਾ ਰਹੀ ਸੀ, ਇੱਥੇ ਸਿੱਖੀ ਦਾ ਮਹਿਲ ਉੱਤਰ ਰਿਹਾ ਸੀ, ਇਸ ਕਰਕੇ ਇਹਦੇ ਵਿੱਚ ਕੱਚੀ ਪਿੱਲੀ ਅਤੇ ਟੁੱਟੀ ਇੱਟ ਨਹੀਂ ਸੀ ਲੱਗ ਸਕਦੀ, ਇਹ 'ਚ ਸਾਬਤ ਹੀ ਲੱਗਣੀ ਸੀ। ਓੜਕ ਨੀਹਾਂ ਦੇ ਵਿੱਚ ਚਿਣ ਕਰਕੇ ਅੱਗੇ ਇਤਿਹਾਸਕਾਰਾਂ ਨੇ ਵੱਖੋ ਵੱਖਰੀਆਂ ਰਾਵਾਂ ਲਿਖੀਆਂ ਨੇ। ਕੁਝ ਕਹਿੰਦੇ ਨੇ ਕਿ ਇਹ ਨੀਹੀਂ ਡਿੱਗ ਪਈ ਹੈ, ਉਸਾਰੀ ਹੋਈ, ਪਰ ਸਾਹਿਬਜ਼ਾਦੇ ਅਜੇ ਸ਼ਹਿਗ ਦੇ ਸਨ, ਅਤੇ ਜਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਤਿੱਖੇ ਖੰਜਰ ਲੈ ਕਰਕੇ ਅਤੇ ਦਿਲ 'ਤੇ ਵਾਰ ਕੀਤਾ, ਸ਼ਹੀਦ ਕਰ ਦਿੱਤਾ। ਕੁਝ ਗੁਰਮੁਖ ਪਿਆਰਿਆਂ ਨੇ ਬਹੁਤਾਤ ਇਹ ਲਿਖਿਆ ਹੈ ਕਿ ਜਦੋਂ ਕੰਧ ਮੋਢਿਆਂ ਤੱਕ ਚਲ ਗਈ ਹੈ ਅਤੇ ਓੜਕ ਇਹਨਾਂ ਤਲਵਾਰ ਲੈ ਕਰਕੇ ਅਤੇ ਦੋਵਾਂ ਸਾਹਿਬਜ਼ਾਦਿਆਂ ਦੇ ਸੀਸ ਧੜ ਨਾਲੋਂ ਜੁਦਾ ਕੀਤੇ, ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਆਪਣੇ ਲਾਲਾਂ ਦੀ ਅਹੁਤੀ ਪਾ ਕਰਕੇ ਇਹ ਖਾਲਸਾ ਪੰਥ ਸਾਜਿਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਵਾਰ ਪਰਵਾਰ, ਚੌਹਾਂ ਬੱਚਿਆਂ ਕਹਾਏ ਦੇਵੇ ਦੇਸ਼ ਕੌਮ ਉੱਤੋਂ ਕੁਰਬਾਨ ਵਾਲ ਵਾਲ ਜੀ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਜਿਨ੍ਹਾਂ ਬਾਬਤ ਗੁਰਮੁਖਾਂ ਨੇ ਲਿਖਿਆ ਹੈ, ਹੀਰੇ ਜੈਸੇ ਪੁੱਤ ਦੇ ਕੇ ਕੌਮ ਨੂੰ ਬਚਾਇਆ ਹੈ, ਐਸਾ ਪਿਆਰਾ ਸਤਿਗੁਰੂ ਅਸੀਂ ਦਿਲੋਂ ਕਿਉਂ ਭੁਲਾਇਆ ਹੈ। ਸੋ ਪਿਆਰਿਓ ਹੀਰਿਆਂ ਨਾਲੋਂ ਪਿਆਰੇ ਪੁੱਤ ਦੇ ਕਰਕੇ ਖਾਲਸਾ ਜੀ ਸਾਨੂੰ ਸਾਜਿਆ ਹੈ, ਐਸੇ ਪੁੱਤਰਾਂ ਦੀ ਕੁਰਬਾਨੀ ਦੇ ਕਰਕੇ ਕਿਹਾ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ। ਉਹ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਾਹਿਬਜ਼ਾਦਿਆਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਗਰੀਬ ਨਿਵਾਜ ਮਹਾਰਾਜ ਕਿਰਪਾਲਤਾ ਕਰਨ, ਰਹਿਮਤ ਕਰਨ, ਦਇਆ ਕਰਨ, ਸਾਨੂੰ ਉਹਨਾਂ ਦੀ ਲਸਾਨੀ ਸ਼ਹਾਦਤ ਜੋ ਆਪਾਂ ਅੱਜ ਕੇਵਲ ਟੂਕ ਮਾਤਰ ਵਿਚਾਰੀ ਹੈ, ਸਮੇਂ ਦੀ ਸੀਮਾ ਹੈ, ਆਪਾਂ ਗੁਰਬਾਣੀ ਦੇ ਪਾਵਨ ਅਰਥ ਵੀ ਕਰਨੇ ਹਨ। ਗਰੀਬ ਨਿਵਾਜ ਕਿਰਪਾ ਕਰਨ, ਉਹਨਾਂ ਦੀ ਲਸਾਨੀ ਸ਼ਹਾਦਤ ਸਾਨੂੰ ਕਦੀ ਭੁੱਲੇ ਨਾ, ਜੇ ਨਾ ਭੁੱਲੇਗੀ ਫਿਰ ਖਾਲਸਾ ਜੀ ਕਦੀ ਵਾਸਤੇ ਵੀ ਅਸੀਂ ਆਪਣੇ ਬੱਚਿਆਂ ਦੇ ਕੇਸ ਨਹੀਂ ਕੱਟਣ ਦੇਵਾਂਗੇ, ਕਿਉਂ ਜੇ ਸਰਾ ਹੀ ਪ੍ਰਵਾਨ ਕਰਨੀ ਹੁੰਦੀ ਫਿਰ ਜੀਵਨ ਦੇ ਲਾਲਚ ਵਿੱਚ ਕੀਤੀ ਜਾ ਸਕਦੀ ਸੀ। ਸਾਡੇ ਘਰ ਧੀਆਂ ਪੁੱਤਰ ਗੁਰਸਿੱਖ ਜੰਮਣਗੇ, ਮੁਸਲਮਾਨ ਨਹੀਂ ਜੰਮਣਗੇ, ਜੇ ਸਾਨੂੰ ਸ਼ਹਾਦਤ ਚੇਤੇ ਰਹੇਗੀ ਫਿਰ ਕਦੀ ਵੀ ਗੁਰੂ ਕਾ ਸਿੱਖ ਠੇਕੇ ਵੱਲ ਨੂੰ ਨਹੀਂ ਤੁਰੇਗਾ, ਫਿਰ ਕਦੀ ਵੀ ਗੁਰੂ ਕਾ ਸਿੱਖ ਨਾਈ ਦੇ ਸਾਹਮਣੇ ਜਾ ਕਰਕੇ ਨਹੀਂ ਬੈਠੇਗਾ, ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਨੂੰ ਚੇਤੇ ਰਹੇ। ਗੁਰੂ ਕਿਰਪਾ ਕਰੇ, ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਜਿਸ ਸ਼ਬਦ ਦਾ ਆਸਰਾ ਲੈ ਕਰਕੇ ਆਪਾਂ ਆਰੰਭ ਕੀਤਾ ਸੀ, ਪੂਰੇ ਗੁਰ ਕੀ ਦੇਖ ਵਡਾਈ, ਪੂਰੇ ਗੁਰੂ ਦੀ ਇਹ ਵਡਿਆਈ ਹੈ, ਪੂਰੇ ਦੀ ਬਾਤ ਅਧੂਰੇ ਨਹੀਂ ਕਰ ਸਕਦੇ ਆਪਾਂ। ਭਾਈ ਸਾਹਿਬਜ਼ਾਦਿਆਂ ਦਾ ਇਤਿਹਾਸ ਕਈ ਜਨਮ ਲੈ ਕਰਕੇ ਵੀ ਸੰਪੂਰਨ ਨਹੀਂ ਕਰ ਸਕਦੇ, ਉਹ ਸ਼ਹਾਦਤ ਨੂੰ ਕੀ ਕੋਈ ਬਿਆਨ ਕਰ ਸਕਦਾ ਹੈ, ਪੂਰਿਆਂ ਦੀ ਗੱਲ ਅਧੂਰਿਆਂ ਪਾਸੋਂ ਨਹੀਂ ਹੁੰਦੀ। ਹੁਣ ਜੋ ਸਤਿਗੁਰੂ ਸਾਹਿਬ ਜੀ ਸਾਡੇ 'ਤੇ ਬਖਸ਼ਿਸ਼ ਕਰ ਰਹੇ ਹਨ,
ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਅਤੇ ਇਸੇ ਹੀ ਪਰਿਵਾਰ ਦੇ ਜਿਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੇ ਪੜਦਾਦਾ ਜੀ। ਵੇਖੋ ਭਾਈ, ਇਹ ਜਿਹੜੇ ਪੋਤਰੇ, ਇਹ ਜਿਹੜੇ ਪੁੱਤਰ ਨੀਹਾਂ ਵਿੱਚ ਖਲੋਤੇ ਨੇ, ਇਹ ਸ਼ਹੀਦ ਮਾਤਾ ਦੇ ਪੋਤਰੇ ਹਨ, ਇਹ ਸ਼ਹੀਦ ਪਿਤਾ ਦੇ ਪੋਤਰੇ ਹਨ, ਅਤੇ ਇਹ ਸਰਬੰਸਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਪੁੱਤਰ ਹਨ। ਇਹਨਾਂ ਦੇ ਪੜਦਾਦਾ ਜੀ ਸ਼ਹੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਪੜਦਾਦਾ ਜੀ ਹਨ, ਮੀਰੀ ਪੀਰੀ ਦੇ ਮਾਲਕ, ਅਤੇ ਉਹਨਾਂ ਦੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਐਸੇ ਗੁਰੂ ਕੇ ਲਾਲ ਉਹ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਕੁੱਲ ਦਾ ਅੱਜ ਸ਼ਹੀਦੀ ਦਿਹਾੜਾ ਹੈ, ਉਹ ਗਰੀਬ ਨਵਾਜ ਮਹਾਰਾਜ ਸਾਡੇ ਤੇ ਬਖਸ਼ਿਸ਼ ਰਹਿਮਤ ਕਰਦੇ ਹਨ। ਮ੍ਰਿਤਕ ਕਉ ਪਾਇਓ ਤਨ ਸਾਸਾ। ਭਾਈ, ਮ੍ਰਿਤਕ ਮੋਇਆ ਹੋਇਆਂ ਦੇ ਵਿੱਚ ਪਰਮੇਸ਼ਰ ਦੀ ਸ਼ਕਤੀ ਕੀ ਹੈ? ਮਰਿਆਂ ਹੋਇਆਂ ਨੂੰ ਜਵਾਲਣ ਵਾਲਾ ਹੈ, ਜਿਹੜੇ ਮਰ ਚੁੱਕੇ ਪ੍ਰਤੱਖ ਰੂਪ ਵਿੱਚ ਵੀ ਜਵਾਲਿਆ ਹੈ। ਭਾਈ, ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਗਏ ਨੇ, ਸਿਕੰਦਰ ਦੇ ਬਾਗ ਵਿੱਚ ਠਹਿਰੇ ਨੇ, ਇੱਥੋਂ ਦੇ ਬਾਦਸ਼ਾਹ ਦੇ ਨੇ, ਬਾਦਸ਼ਾਹ ਦੇ ਇਹਦਾ ਹਾਥੀ ਮਰਿਆ ਪਿਆ ਸੀ, ਮਹਾਵਤ ਰੋ ਰਿਹਾ ਸੀ। ਸਤਿਗੁਰੂ ਸਾਹਿਬ ਜੀ ਨੇ ਰੋਣ ਦਾ ਕਾਰਨ ਪੁੱਛਿਆ, ਕਹਿਣ ਲੱਗਾ ਮਹਾਰਾਜ, ਮੈਂ ਰਾਜੇ ਦਾ ਮਹਾਵਤ ਹਾਂ, ਉਹਦਾ ਹਾਥੀ ਚੜ੍ਹਾਈ ਕਰ ਗਿਆ, ਉਹਨੇ ਮੈਨੂੰ ਤਾੜਨਾ ਹੈ, ਡੰਡ ਦੇਣਾ ਹੈ। ਸਤਿਗੁਰੂ ਸਾਹਿਬ ਜੀ ਨੇ ਬਾਬਾ ਮਰਦਾਨਾ ਜੀ ਨੂੰ ਕਿਹਾ, ਭਾਈ ਮਰਦਾਨਿਆਂ, ਇਹਤੇ ਛਿੱਟੇ ਮਾਰ। ਬਾਬਾ ਮਰਦਾਨਾ ਜੀ ਨੇ ਘੜਾ ਜਲ ਦਾ ਭਰ ਕਰਕੇ ਜਿਸ ਸਮੇਂ ਛਿੱਟੇ ਮਾਰੇ, ਹਾਥੀ ਜਿੰਦਾ ਹੋ ਗਿਆ। ਐਸੇ ਸਤਿਗੁਰੂ ਸਾਹਿਬ ਮੋਇਆਂ ਹੋਇਆਂ 'ਚ ਸਵਾਸ ਪਾਉਣ ਵਾਲੇ ਜੋ ਹਨ, ਉਹਨਾਂ ਨੇ ਭਾਈ ਮ੍ਰਿਤਕ ਮਰਿਆਂ ਹੋਇਆਂ 'ਚ ਵੀ ਸਵਾਸ ਪਾ ਦਿੱਤੇ ਹਨ। ਮਰੇ ਹੋਏ ਸਨ ਜਿਹੜੇ ਪਰਮੇਸ਼ਰ ਦੇ ਨਾਮ ਵੱਲੋਂ, ਉਹਨਾਂ ਵਿੱਚ ਵੀ ਉਹ ਸਵਾਸ ਪਾਉਣ ਵਾਲੇ ਹਨ ਜੀ। ਵਿਛੜਤ ਆਨ ਮਿਲਾਇਆ। ਤੇ ਵਿਛੜਿਆਂ ਹੋਇਆਂ ਨੂੰ, ਜਿਹੜੇ ਜਨਮਾਂ ਜਨਮਾਂ ਦੇ ਵਿਛੜੇ ਸਨ, ਉਹਨਾਂ ਨੂੰ ਵੀ ਸਤਿਗੁਰੂ ਸਾਹਿਬ ਜੀ ਮਿਲਾਉਣ ਵਾਲੇ ਹਨ ਆਪਣਾ ਨਾਮ ਦੇ ਕਰਕੇ। ਅਨੇਕਾਂ ਜਨਮਾਂ ਦੇ ਵਿਛੜੇ ਹੋਏ ਸਾਂ, ਸਤਿਗੁਰੂ ਸਾਹਿਬ ਜੀ ਨੇ ਦਾਤ ਕੀਤੀ ਹੈ, ਇਹ ਅੰਮ੍ਰਿਤ ਦਾ ਕੁੰਭ ਰਜ ਕਰਕੇ ਸਾਨੂੰ ਮਿਲਾ ਲੈਣਾ ਕੀਤਾ। ਭਾਈ, ਕੀ ਜਾਣਦੇ ਹਾਂ ਕਿੰਨੇ ਯੁਗਾਂ ਤੋਂ ਤੁਰੇ ਫਿਰਦੇ ਸਾਂ, ਇਹ ਤੇ ਕਿਰਪਾਲੂ ਜੀ ਨੇ ਅੰਮ੍ਰਿਤ ਦਾ ਕੁੰਭ ਲਾਇਆ ਹੈ, ਆਪ ਆਪਣੇ ਖਾਲਸੇ ਨੂੰ ਆਪਣੇ ਨਾਲ ਮੇਲ ਲਿਆ ਹੈ। ਇਸੇ ਤਰੀਕੇ ਦੇ ਨਾਲ ਬਾਬਾ ਮਰਦਾਨਾ ਜੀ ਦਾ ਇਤਿਹਾਸ ਪੜ੍ਹੀਏ ਤੇ ਆਉਂਦਾ ਹੈ ਕਿ ਬਾਬਾ ਮਰਦਾਨਾ ਜੀ ਪਹਿਲੇ ਜਨਮ ਵਿੱਚ ਬੜੇ ਮਹਾਨ ਤਪੱਸਵੀ ਸਨ, ਬੜਾ ਤਪ ਕਰਦੇ ਸਨ, ਪਰਮੇਸ਼ਰ ਨੂੰ ਮਿਲਣ ਦੀ ਬੜੀ ਤੀਬਰ ਇੱਛਾ ਸੀ, ਤੇ ਜਿਸ ਸਮੇਂ ਅੰਤਮ ਸਮਾਂ ਆਇਆ, ਨਮੂਨੀਆ ਹੋ ਗਿਆ, ਚੇਲਿਆਂ ਨੇ ਵੇਖਿਆ ਕਿ ਨਮੂਨੀਏ ਕਰਕੇ ਬਹੁਤ ਸਰੀਰ ਦੁਖੀ ਹੈ, ਉਹਨਾਂ ਦਵਾਈ ਦੇ ਬਹਾਨੇ ਮੂੰਹ ਵਿੱਚ ਬਰਾਂਡੀ ਪਾ ਦਿੱਤੀ, ਸ਼ਰਾਬ ਪਾ ਦਿੱਤੀ, ਉਹ ਸ਼ਰਾਬ ਪੈਣੇ ਕਰਕੇ ਫਿਰ ਭਾਈ ਮੁਸਲਮਾਨਾਂ ਦੇ ਘਰ ਮਰਾਸੀਆਂ ਦੇ ਘਰੇ ਜਨਮ ਹੋਇਆ, ਪਰ ਵਿਛੜੇ ਕਿਹਦੇ ਤੋਂ ਸਨ? ਪਰਮੇਸ਼ਰ ਵਾਹਿਗੁਰੂ ਦੇ ਨਾਮ ਅਭਿਆਸੀ ਸਨ, ਫਿਰ ਆਣ ਕਰਕੇ ਆਪਣੇ ਨਾਲ ਮਿਲਾ ਲਿਆ। ਫਿਰ ਕਹਿੰਦੇ ਨੇ ਕਿ ਭਾਈ ਮਰਦਾਨਿਆਂ, ਤੇਰੇ ਬਿਨਾਂ ਸਰਦਾ ਹੀ ਨਹੀਂ। ਐਸੇ ਭਾਈ ਸਤਿਗੁਰੂ ਸਾਹਿਬ, ਮਰਿਆਂ ਹੋਇਆਂ ਦੀ ਕਿੰਨਿਆਂ ਕੁ ਦੀ ਗੱਲ ਕਰੀਏ ਜੀ, ਕਿੰਨੇ ਕੁ ਸਤਿਗੁਰੂ ਸਾਹਿਬ ਜੀ ਨੇ ਜਿੰਦਾ ਕੀਤੇ ਨੇ, ਇੱਥੋਂ ਤੱਕ ਬਚਨ ਕਰ ਦਿੱਤਾ ਹੈ ਤੀਜੇ ਸਰੂਪ 'ਚ ਜਾ ਕਰਕੇ, ਜਿੰਨਾ ਚਿਰ ਸਾਡਾ ਸਰੀਰ ਹੈ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਕੋਈ ਚੜ੍ਹਾਈ ਹੀ ਨਹੀਂ ਕਰੇ। ਪੰਡਿਤ ਦਾ ਪੁੱਤਰ ਜਵਾਇਆ ਹੈ, ਅਨੇਕਾਂ ਕਿੰਨਿਆਂ ਕਿੰਨਾਂ ਦੀ ਬਾਤ ਕਰੀਏ ਜਿਹੜੇ ਜਵਾਏ ਹਨ, ਵਿਛੜੇ ਹੋਏ ਆਣ ਕਰਕੇ ਮਿਲਾ ਲੈਣਾ ਕੀਤੇ ਜੀ। ਪਸੂ ਪਰੇਤ ਮੁਗਦ ਭਾਈ ਸਰੋਤੇ। ਇੱਕ ਐਸਾ ਨਾਮ ਹੈ ਸਤਿਗੁਰੂ ਸਾਹਿਬ ਜੀ ਦਾ, ਪਸ਼ੂ ਵੀ ਜਿਸ ਨਾਮ ਦੇ ਸਰੋਤੇ ਹਨ। ਜਦੋਂ ਗਏ ਨੇ ਜੰਗਲ ਵੱਲ ਨੂੰ, 5000 ਮੀਲ ਤੱਕ ਆਉਂਦੀ ਹੈ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ 'ਚ, ਇੱਥੇ ਸ਼ੇਰਾਂ ਦਾ ਹੀ ਵਾਸਾ ਹੈ। ਸਤਿਗੁਰੂ ਸਾਹਿਬ ਜੀ ਜਾ ਕਰਕੇ ਪਾਵਨ ਗੁਰਬਾਣੀ ਦਾ ਕੀਰਤਨ ਕੀਤਾ, ਸਾਰੇ ਹੀ ਸ਼ੇਰ ਕੀਰਤਨ ਅਭਿਆਸੀ ਹੋ ਗਏ ਨੇ। ਹੁਣ ਸਵੇਰੇ ਅਤੇ ਸ਼ਾਮ ਕੀਰਤਨ ਤੋਂ ਬਿਨਾਂ ਇਹਨਾਂ ਨੂੰ ਕੋਈ ਚੰਗਾ ਹੀ ਨਹੀਂ ਲੱਗਦਾ। ਅਤੇ ਫਿਰ ਜੀ, ਪ੍ਰੇਤ ਪਾਨਣੀ ਰਿਖੀ ਜੋ ਸੀ, ਜਦੋਂ ਸਤਿਗੁਰੂ ਸਾਹਿਬ ਕਾਂਸ਼ੀ ਵਿੱਚ ਗਏ ਨੇ,
ਇਹਨੇ ਮਰੇ ਹੋਏ ਨੇ, ਇਹਦੇ ਚੇਲਿਆਂ ਦੱਸਿਆ ਜੀ ਸਾਡੇ ਗੁਰੂ ਨੇ ਮਰੇ ਹੋਏ ਨੇ ਵਿਆਕਰਨ ਸੰਪੂਰਨ ਕੀਤਾ ਪ੍ਰੇਤ ਬਣ ਕਰਕੇ। ਮਹਾਰਾਜ ਇਹਦਾ ਉਧਾਰ ਕਰੋ, ਉਹਦਾ ਉਧਾਰ ਕੀਤਾ। ਫਿਰ ਜਿਸ ਸਮੇਂ ਦਿੱਲੀ ਚਾਂਦਨੀ ਚੌਂਕ ਵਿੱਚ ਗਏ ਨੇ ਨੌਵੇਂ ਸਰੂਪ ਵਿੱਚ, ਉੱਥੇ ਜਾ ਕਰਕੇ ਪ੍ਰੇਤ ਦਾ ਉਧਾਰ ਕੀਤਾ ਹੈ। ਭੂਤਾਂ ਵਾਲੀ ਹਵੇਲੀ 'ਚ ਸਤਿਗੁਰੂ ਸਾਹਿਬ ਜੀ ਨੂੰ ਰੱਖਿਆ ਗਿਆ। ਕਿੰਨੇ ਅੱਕ ਦੀ ਭਾਈ ਬਾਤ ਕਰੀਏ, ਮੁਗਧ ਮੂਰਖ ਜਿਹੜੇ ਸਨ, ਜਿਹੜੇ ਪੱਥਰ ਦੀ ਨਿਆਈ ਸਨ, ਬੇਸੁੱਧੇ ਸਨ, ਉਹਨਾਂ ਨੂੰ ਅੱਠਵੇਂ ਜਾਮੇ ਵਿੱਚ ਸਿਰ 'ਤੇ ਸੋਟੀ ਰੱਖ ਕਰਕੇ ਉਹਨਾਂ ਪਾਸੋਂ ਗੀਤਾ ਦੇ ਅਰਥ ਕਰਾ ਦਿੱਤੇ। ਐਸੇ ਸਤਿਗੁਰੂ ਸਾਹਿਬ ਜੀ ਹਨ, ਉਹਨਾਂ ਨੇ ਭਾਈ ਮੁਗਧ ਮੂਰਖਾਂ ਨੂੰ ਵੀ ਨਾਮ ਬਾਣੀ ਦੇ ਸਰੋਤੇ ਬਣਾ ਦਿੱਤਾ ਜੀ। ਹਰਿ ਨਾਮਾ ਮੁਖ ਗਾਇਆ, ਆਪ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਮੁਖ ਤੋਂ ਗਾ ਰਹੇ ਨੇ। ਅਥਵਾ ਜਿਹੜੇ ਪਸ਼ੂ ਹਨ, ਜਿਹੜੇ ਪ੍ਰੇਤ ਹਨ, ਮੁਗਧ ਮੂਰਖ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਚਾਰਦੇ ਹਨ। ਐਸਾ ਸਤਿਗੁਰੂ ਸਾਹਿਬ ਜੀ ਦਾ ਨਾਮ ਹੈ ਜੀ। ਪੂਰੇ ਗੁਰ ਕੀ ਦੇਖ ਵਡਾਈ, ਸਤਿਗੁਰੂ ਸਾਹਿਬ ਕਹਿੰਦੇ ਐਸੇ ਪੂਰੇ ਗੁਰਾਂ ਦੀ ਵਡਿਆਈ ਵੇਖਣਾ ਕਰ। ਇਹ ਆ ਭਾਈ ਗੁਰੂ ਦੀ ਵਡਿਆਈ। ਜਿਹੜੇ ਪਸ਼ੂ ਬਿਰਤੀ ਵਾਲੇ ਸਨ, ਕੀ ਸੀ ਪਸ਼ੂ ਬਿਰਤੀ? ਪਸ਼ੂਆਂ ਦਾ ਕੀ ਸੁਭਾਅ ਹੈ ਜੀ? ਖਾਣਾ, ਭਾਰ ਢਾਉਣਾ, ਸੌਂ ਜਾਣਾ, ਜੀਵ ਪੈਦਾ ਕਰੀ ਜਾਣੇ, ਇਹ ਤੋਂ ਪਰੇ ਤੇ ਕੁਝ ਨਹੀਂ ਨਾ। ਅਤੇ ਪਸ਼ੂ ਬਿਰਤੀ ਵਾਲੇ ਜਿਹੜੇ ਜੀਵ ਸਨ, ਜਿਨ੍ਹਾਂ ਦੀ ਕੇਵਲ ਇਹੋ ਹੀ ਅਵਸਥਾ ਬਣੀ ਹੋਈ ਸੀ, ਉਹਨਾਂ 'ਤੇ ਵੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਜਿਹੜੇ ਪ੍ਰੇਤ ਬਿਰਤੀ ਵਾਲੇ ਸਨ, ਸ਼ਰਾਬਾਂ ਪੀਣੀਆਂ, ਮੰਦ ਕਰਮ ਕਰਨੇ, ਉਹਨਾਂ 'ਤੇ ਵੀ ਗਰੀਬ ਨਿਵਾਜ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਜਿਹੜੇ ਮੁਗਧ ਅਸ਼ੁੱਧ ਸਨ, ਨਾਮ ਬਾਣੀ ਵੱਲੋਂ ਮੂਰਖ ਹੋਏ ਹੋਏ, ਇੱਕ ਤਾਂ ਮੂਰਖ ਆਪਾਂ ਮੰਨਦੇ ਹਾਂ ਨਾ ਕਿ ਜਿਹਨੂੰ ਭਾਈ ਅਕਲ ਕਰਕੇ ਸੋਝੀ ਨਹੀਂ, ਦਿਮਾਗੀ ਸੋਝੀ ਨਹੀਂ। ਦੂਸਰਾ ਉਹ ਹੈ ਜਿਹਦੇ ਕੱਪੜੇ 'ਤੇ ਚਿੱਟੇ ਨੇ, ਕੱਪੜੇ ਨਹੀਂ ਪਾਟੇ ਹੋਏ, ਪਰ ਹੈ ਅਸ਼ੁੱਧ, ਨਾਮ ਦਾ ਚੇਤਾ ਹੀ ਨਹੀਂ, ਸਗੋਂ ਝੇਡਾਂ ਕਰਦਾ। ਐਸਿਆਂ 'ਤੇ ਵੀ ਗੁਰਦੇਵ ਸਤਿਗੁਰੂ ਸਾਹਿਬ ਕਿਰਪਾ ਕਰਨ ਵਾਲੇ ਨੇ। ਜਿਵੇਂ ਜਦੋਂ ਕਿਤੇ ਉਹ 'ਤੇ ਕਿਰਪਾ ਕਰਦੇ ਨੇ, ਉਹਨੂੰ ਨਾਮ ਅਭਿਆਸੀ ਬਣਾ ਦਿੰਦੇ ਨੇ। ਆਪਾਂ ਕਹਿੰਦੇ ਹੈ ਤਾਂ ਫਲਾਣਾ ਸਿਉਂ ਬੜੇ ਮਾੜੇ ਕਰਮਾਂ ਵਾਲਾ ਸੀ, ਹੁਣ ਗੁਰੂ ਦੀ ਕਿਰਪਾ ਹੋਈ, ਇਹਦੇ ਨਾਲੋਂ ਵੱਡਾ ਭਜਨੀਕ ਕੋਈ ਨਹੀਂ। ਇਹ ਗੁਰੂ ਕੀ ਕਿਰਪਾ, ਐਸੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ, ਉਹ ਵਿਛੜਿਆਂ ਹੋਇਆਂ ਨੂੰ ਮਿਲਾਉਣ ਵਾਲੇ ਨੇ। ਇਹ ਗੁਰੂ ਦੀ ਵਡਿਆਈ ਵੇਖਣਾ ਕਰ। ਇਹ ਸਤਿਗੁਰੂ ਸਾਹਿਬ ਤਾਂ ਕੀਤਾ ਹੈ ਭਾਈ, ਐਵੇਂ ਨਹੀਂ ਕੀਤਾ, ਤਾਂ ਕਰਕੇ ਕੀਤਾ, ਇਹ ਇਹਨਾਂ ਦੀ ਵਡਿਆਈ ਹੈ। ਕੀ ਕੀਮਤ ਕਹਿਣ ਨਾ ਜਾਈ, ਤੇ ਇਹਦੀ ਕੀਮਤ ਭਾਈ ਕੋਈ ਕਹਿ ਨਹੀਂ ਸਕਦਾ। ਜੇ ਕੋਈ ਰਸਨਾ ਦੁਆਰਾ ਯਤਨ ਕਰੇ ਕਿ ਕੀਮਤ ਕਹਿ ਦੇਵਾਂ, ਤੇ ਕਹੀ ਨਹੀਂ ਜਾਂਦੀ। ਇਹ ਕੀਮਤ ਤੋਂ ਪਰੇ ਹੈ, ਇਹ ਭਾਈ ਕੋਈ, ਇਹ ਬੇਕੀਮਤੀ ਹੈ। ਕੋਈ ਸੋਚ ਸਕਦਾ ਹੈ ਕਿ ਮੂਰਖ ਮਤ ਵਾਲੇ ਸੁਧਰ ਜਾਣ? ਕੋਈ ਸੋਚ ਸਕਦਾ ਹੈ ਕਿ ਪਸ਼ੂ ਕੀਰਤਨ ਸੁਣ? ਨਹੀਂ ਭਾਈ, ਇਹ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਹੈ, ਇਹਦੀ ਕੀਮਤ ਕਹੀ ਨਹੀਂ ਜਾਂਦੀ ਜੀ। ਰਹਾਓ ਬਸਰਾਮ ਦੇ ਕੇ ਬਖਸ਼ ਕਰਦੇ ਹਨ। ਦੁੱਖ ਸੋਗ ਕਾ ਢਾਹਿਓ ਡੇਰਾ, ਕੈਸੇ ਹਨ ਸਤਿਗੁਰੂ ਸਾਹਿਬ ਜੀ ਦੁੱਖਾਂ ਦਾ? ਕਿਹੜਾ ਦੁੱਖ ਜੀ? ਜਿਹੜਾ ਭਾਈ ਜੰਮਣ ਤੇ ਮਰਨ ਦਾ ਸੀ। ਦੁੱਖ ਸੋਗ ਕਾ ਢਾਹਿਓ ਡੇਰਾ, ਦੁੱਖ ਜੰਮਣ ਤੇ ਮਰਨ ਦਾ, ਸੋਗ ਜਿਹੜੇ ਅਵਿਦਿਆ ਕਰਕੇ ਪਏ ਹੋਏ ਸਨ, ਉਹਨਾਂ ਦੇ ਸਾਰੇ ਡੇਰੇ ਢਾ ਦਿੱਤੇ ਹਨ, ਕੋਈ ਨਹੀਂ ਰਹਿਣ ਦਿੱਤਾ ਜੀ। ਦੁੱਖ ਜੰਮਣ ਮਰਨ ਦਾ ਵੀ ਚੁੱਕ ਦਿੱਤਾ ਆਪਣੇ ਪਿਆਰਿਆਂ ਦਾ। ਸੋਗ ਜਿਹੜਾ ਪਦਾਰਥਾਂ ਦੇ ਨਾਸ ਹੋਣ ਤੋਂ ਹੁੰਦਾ ਸੀ, ਉਹ ਵੀ ਨਹੀਂ ਰਹਿਣ ਦਿੱਤਾ ਜੀ। ਆਨੰਦ ਮੰਗਲ ਬਿਸਰਾਮਾ, ਆਨੰਦ ਦੇ ਸਹਿਤ ਨਾਮ ਦੇ ਕਰਕੇ ਹਿਰਦੇ ਘਰ ਵਿੱਚ ਵਿਸਰਾਮ ਟਿਕਾ ਕਰਾ ਦਿੱਤਾ ਹੈ, ਜਾਂ ਇਵੇਂ ਕਹਿ ਲਈਏ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਆ ਆਪਣੇ ਪਿਆਰਿਆਂ ਨੂੰ। ਮਨ ਬਾਂਛਤ ਫਲ ਮਿਲੇ ਅਚਿੰਤਾ, ਤੇ ਮਹਾਰਾਜ ਮਿਲਦਾ ਕੀ ਇਹ? ਕਹਿੰਦੇ ਜੋ ਮਨ ਕਰਕੇ ਚਾਹੁੰਦੇ ਸਨ ਗੁਰੂ ਕੇ ਸਿੱਖ। ਇਹ ਨਹੀਂ ਕਿਸੇ ਨੂੰ ਘੱਟ ਮਿਲਿਆ, ਕਿਸੇ ਨੂੰ ਵੱਧ ਮਿਲਿਆ, ਨਾ ਨਾ। ਜਿਹਨੂੰ ਆਪਾਂ ਪੜ੍ਹਦੇ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਜੋ ਪਰਮੇਸ਼ਰ ਦਾ ਪਿਆਰੇ ਆਪਣੀ ਰਸਨਾ ਤੋਂ ਬੋਲ ਦੇਣ, ਇਸ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਸੱਚ ਹੈ। ਜੋ ਵੀ ਮੰਗਦੇ ਹਨ ਅਚਿੰਤਾ ਅਚਣ ਚੇਤ ਹੀ, ਉਹਨਾਂ ਨੇ ਫੁਰਨਾ ਕੀਤਾ, ਉਹ ਫਲ ਉਹਨਾਂ ਦੇ ਪਾਸ ਪਹੁੰਚਾ ਦਿੱਤੇ। ਐਸੇ ਸਤਿਗੁਰੂ ਸਾਹਿਬ ਹਨ, ਪੂਰਨ ਹੋਏ ਕੰਮਾ, ਉਹਨਾਂ ਦੇ ਕੰਮ ਵੀ ਪੂਰੇ ਕਰ ਦਿੱਤੇ ਹਨ। ਜਿਵੇਂ ਭਾਈ ਭਗਤ ਰਵਿਦਾਸ ਜੀ ਦੇ ਅਨੇਕਾਂ ਕਾਰਜ ਸਵਾਰੇ, ਭਗਤ ਨਾਮਦੇਵ ਜੀ ਦੀ ਛੱਪਰ ਬੰਨੀ, ਧੰਨੇ ਦੀਆਂ ਮੱਝਾਂ ਚਾਰੀਆਂ, ਐਸੇ ਸਾਰੇ ਕੰਮ ਸਤਿਗੁਰੂ ਸਾਹਿਬ ਜੀ ਨੇ ਕਰ ਦਿੱਤੇ ਨੇ।
अथवा कर रहे हन जी। इहा सुख आगे मुख उजल। उन्हां नूं इत्थे भी सुख है, इत्थे भी परमेश्वर दे प्यारे दुखी नहीं, भावें साडी निगाह नाल आपां उन्हां नूं गरीब जे वेखदे हां, मलूकड़े जे वेखदे हां, पर भाई इत्थे भी उह सुख विच हन। क्यों? उन्हां नूं परमेश्वर दा नाम सुख देण वाला जो मिलिया होया है। अगे परलोक विच भी उन्हां दा मुख उजला है। क्यों? रेरे दरगह कहै ना को, आओ बैठ आदर सुभ देओ। उन्हां नूं कोई रेरे करके हो करके वाजा नहीं मारदा, सारे उत्थे भी सत्कार दिंदे ने, इत्थे भी जिथे चले जाण उत्थे सत्कार है जी। मिट गए आवण जाने। उन्हां दा आउणा ते जाणा संसार विच्चों मिट गया है, नास हो गया है। हुण जम जम करके आउंदे नहीं, मर करके भाई दुखी नहीं हुंदे। निरभाओ भए हिरदा नाम वसिया। महाराज क्यों कहिंदे निरभाओ हो गए ने भाई, डर कोई नहीं उन्हां नूं, सुख इन्ना क्यों? महाराज कहिंदे निरभाओ हन, जिहड़ा भाई निरभाओ है उन्हूं दुख किवें होवेगा? सानू डर लगा है कितें पदार्थ नास ना हो जाण, जे आह चले गए कित्थों लै करके आवांगे। भाओ है कोई हमला ना कर दे, कोई चुके ना लै जाए, पर परमेश्वर दे प्यारे ओ बेपरवाह सदा रंग हर के जाको पाक स्वामी। जिन्हां दे पक्ष विच परमेश्वर हो गया निरभाओ हो गए ने, उन्हां दे हिरदे विच नाम वसिया होया है जी। अपने सतगुर कै मन पाणे। अपने सतगुरु साहब जी दे मन नूं पाणे पा गए ने। कौन जी? जिन्हां दे मन नूं पाणा चंगा लगा। इहदे दो अर्थ महापुरखां कीते, इक ते पाणे पा गए ने, उन्हां दी भावना पा गई है, ते भाई क्यों है? वह परमेश्वर दे पाणे विच रहिंदे हन। जिन्हां नूं आपां पढ़दे सो सिख सका बंदप है भाई, जे गुर कै पाणे विच आवै, वह पाणे विच आए ने तां पा गए हन। उठत बैठत हर गुण गावै। महाराज किन्ना क समा फिर उन्हां बद्धा होया जी, कोई उन्हां दा समा होगा नाम लैण दा? कहिंदे नहीं नहीं, वह ते उठदियां वी उते बैंदियां वी हरी परमेश्वर दे गुण गाउंदे ने, उन्हां दा काम ही होर कोई नहीं है। उठदे भी परमेश्वर दा नाम उचारदे हन, बैठदे भी। दुख दर्द भ्रम भागा। उन्हां दा दुख जम्मण मरण दा, दर्द जो अविद्या करके सी, भरम जिहड़ा इह सरूप दा पिया होया सी कि मैं देह हां ते परमेश्वर ईश है, ये सारा भज गया जी। कहो नानक ताके पूर करम्मा। गरीब नवाज महाराज कहिंदे भाई उन्हां दे पूर्ण उन्हां ते कृपा कीती है सतगुरु साहब जी ने, उन्हां दा संसार ते आया होया जन्म सफला है, उन्हां दे कर्म संपूर्ण हो गए जी। जां का गुर चरनी मन लागा। जिन्हां दा गुरु साहब जी दे चरणां दे नाल मन लग गया है, उन्हां नूं इह दात सतगुरु साहब जी ने आप कृपालता करके बख्शी है। ये पावन पवित्र विचार गरीब नवाज महाराज जी दे पावन हुक्म दे, पावन साहबजादियां दे इतिहास। अज भाई साहबजादियां दा माता गुजर कौर जी दा शहीदी दिहाड़ा है, कोटान कोट प्रणाम। माता जी ने भी अज दे दिहाड़े भाई दसम द्वार राही अपने स्वास चढ़ा करके शहादत का जाम पीता है। सारिआं नूं भाई कोटान कोट प्रणाम। सतगुरु साहब जी कृपा करन, रहमत करन, होईआं गलतियां भुल्लां दी खिमा जी। उठत बैठत हर गुण गावै। दुख दर्द भ्रम भागा। कहो नानक ताके पूर करम्मा। जाका गुर चरनी मन लागा। वाहे गुरु जी का खालसा, वाहे गुरु जी की फतेह।